साध संगत जी कले सतगुरु घोड़े ते चढ़े होए करतारपुर साहब दीवार दे कोलों तीरां दी वरखा करदे ने। ਪੈਂਦੇ ਖਾਂ ਨੇ ਦੂਰੋਂ ਹੀ ਪਛਾਣ ਲਏ ਹਨ ਜਿੱਤ ਕੀ ਚੌਪ ਵਧਾਏ। ਹੁਣ ਪੈਂਦੇ ਖਾਂ ਨੇ ਆਪਣਾ ਉਤਸ਼ਾਹ ਵਧਾਇਆ ਹੈ, ਹੌਸਲਾ ਬੁਲੰਦ ਕੀਤਾ ਹੈ। ਪੈਂਦ ਖਾਨ ਹੈ ਚਪਲ ਕੋ, ਉਸਨੇ ਆਪਣੇ ਚੰਚਲ ਘੋੜੇ ਨੂੰ ਅੱਡੀ ਲਾਈ ਹੈ ਤੇ ਘੋੜਾ ਹਵਾ ਨਾਲ ਗੱਲਾਂ ਕਰਨ ਲੱਗ ਪਿਆ ਹੈ। ਜਿੱਡਾ ਪੈਂਦੇ ਖਾਂ ਜਵਾਨ ਸੀ, ਉਹਦਾ ਘੋੜਾ ਵੀ ਗੁਰੂ ਸਾਹਿਬ ਨੇ ਦਿੱਤਾ ਸੀ ਵਰੋਲਾ ਨਾਮ ਦਾ ਘੋੜਾ। ਉਹ ਘੋੜਾ ਵੀ ਉਸੇ ਤਰ੍ਹਾਂ ਫੁਰਤੀ ਨਾਲ ਉੱਡਦਾ ਹੋਇਆ ਪੈਂਦੇ ਨੂੰ ਲੈ ਕੇ ਆਇਆ ਹੈ। ਕਹਿੰਦੇ ਗੁਰੂ ਸਾਹਿਬ ਦੋਵਾਂ ਫੌਜਾਂ ਨੂੰ, ਆਪਣੀਆਂ ਫੌਜਾਂ ਨੂੰ ਵੀ ਤੇ ਦੁਸ਼ਮਣ ਦੀਆਂ ਫੌਜਾਂ ਨੂੰ ਦੇਖ ਰਹੇ ਨੇ। ਦੋਵੇਂ ਫੌਜਾਂ ਆਹਮਣੇ ਸਾਹਮਣੇ ਇੱਕ ਦੂਜੀ ਨੂੰ ਦੇਖ ਰਹੀਆਂ ਨੇ। ਲਖੈ ਜੰਗ ਹੋ, ਤੇ ਹੁਣ ਜਾਪਦਾ ਵੀ ਫੈਸਲਾ ਕੁੰਨ ਲੜਾਈ ਹੋਣੀ ਹੈ। ਹੁਣ ਜੰਗ ਪਹਿਲੇ ਨਾਲੋਂ ਜ਼ਿਆਦਾ ਖਤਰਨਾਕ ਹੋਵੇਗਾ। ਲਗੈ ਡੰਕ ਕਹਾਊ, ਤੇ ਨਗਾਰਿਆਂ ਤੇ ਦੋਹਰੀਆਂ ਚੋਭਾਂ ਵੱਜ ਗਈਆਂ ਨੇ। ਸੋਭਾ ਜੈ ਜੁਝਾਊ, ਔਰ ਜੁਝਾਰੂ ਵਾਜੇ, ਰਣ ਸਿੰਘੇ ਤੁਰਨੀਆਂ ਵਜੀਆਂ ਨੇ। ਵਰੋਲਾ ਤੋਂ ਰੰਗੰ, ਵਰੋਲਾ ਨਾਮ ਦਾ ਘੋੜਾ ਸੀ ਵਾਵਰੋਲਾ, ਜਿਹਨੂੰ ਏਦਾਂ ਆਪਾਂ ਹਵਾ ਦੇਖਦੇ ਨਾ ਚੜ੍ਹ ਜਾਂਦੀ ਹੈ ਸਮਾਨ, ਉਹਨੂੰ ਵਾਵਰੋਲਾ ਕਹਿੰਦੇ ਪੰਜਾਬੀ ਵਿੱਚ। ਉਹ ਕਹਿੰਦੇ ਵਰੋਲਾ ਘੋੜਾ ਵੀ ਵਰੋਲੇ ਦੀ ਤਰ੍ਹਾਂ ਉੱਡ ਜਾਂਦਾ ਸੀ, ਇਸ ਤਰ੍ਹਾਂ ਦਾ ਘੋੜਾ ਸੀ। ਬੜੇ ਵੇਗ ਸੰਗੰ, ਬੜੇ ਵੇਗ ਦੇ ਨਾਲ, ਬੜੀ ਤੇਜ਼ੀ ਦੇ ਨਾਲ। ਉਤੋਂ ਕੋਟ ਛੋਟਾ, ਕਹਿੰਦੇ ਕੰਧ ਜਿਹੜੀ ਸੀ ਸ੍ਰੀ ਕਰਤਾਰਪੁਰ ਸਾਹਿਬ ਦੇ ਆਲੇ ਦੁਆਲੇ ਦੀ ਛੋਟੀ ਸੀ, ਬਹੁਤੀ ਉੱਚੀ ਕੰਧ ਕਿਲੇ ਵਰਗੀ ਨਹੀਂ ਸੀ ਬਣੀ ਹੋਈ, ਕੇਵਲ 5-7 ਫੁੱਟ ਉੱਚੀ ਕੰਧ ਸੀ। ਭਟੰਕੀਨ ਓਟਾ, ਉਹ ਸੂਰਮਿਆਂ ਨੇ ਕੱਚੀ ਕੰਧ ਬਣਾਈ ਹੋਈ ਸੀ, ਓਟ ਬਣਾਈ ਹੋਈ ਸੀ ਦੁਸ਼ਮਣ ਨਾਲ ਲੜਾਈ ਕਰਨ ਵਾਸਤੇ, ਮੁਕਾਬਲਾ ਕਰਨ ਵਾਸਤੇ। ਤਹਾਂ ਵਿੱਚ ਠਾਂਡੇ, ਉਸ ਕੰਧ ਦੇ ਓਹਲੇ ਸਤਿਗੁਰੂ ਘੋੜੇ ਤੇ ਖੜੇ ਹੋਏ ਦੁਸ਼ਮਣ ਤੇ ਤੀਰਾਂ ਦੀ ਵਰਖਾ ਕਰਦੇ ਸਨ, ਬੜੇ ਵੀਰ ਰਸ ਵਿੱਚ ਦੁਸ਼ਮਣ ਦੇ ਨਾਲ ਯੁੱਧ ਕਰ ਰਹੇ ਸਨ। 6ਵੇਂ ਪਾਤਸ਼ਾਹ ਜੀ ਕੱਚੀ ਕੰਧ ਦੇ ਓਹਲੇ ਖੜ ਕੇ ਵਿਖੇ ਪੈਂਦ ਖਾਨਾ, ਪੈਂਦੇ ਖਾਂ ਨੇ ਦੇਖ ਲਿਆ ਦੂਰੋਂ ਸਤਿਗੁਰਾਂ ਦੀ ਕਲਗੀ ਦਾ ਲਿਸ਼ਕਾਰਾ ਪਿਆ। ਜਦੋਂ ਗੁਦਾਇਓ ਕੇ ਕਾਨਾ, ਪੈਂਦੇ ਖਾਂ ਨੇ ਮਹਾਰਾਜ ਨੂੰ ਆਪਣਾ ਨਿਸ਼ਾਨਾ ਬਣਾ ਕੇ ਆਪਣਾ ਘੋੜਾ ਉਧਰ ਦੌੜਾ ਦਿੱਤਾ। ਘੋੜਾ ਇੰਨੀ ਤੇਜ਼ੀ ਨਾਲ ਲਿਆਂਦਾ ਨਾ ਪੈਂਦੇ ਖਾਂ ਨੇ, ਘੋੜੇ ਤੋਂ ਉੱਚੀ ਛਾਲ ਮਰਵਾਈ, ਜੰਪ ਮਰਵਾਇਆ। 6-7 ਫੁੱਟ ਉੱਚੀ ਕੰਧ ਸੀ, ਪੈਂਦੇ ਦਾ ਘੋੜਾ ਉੱਪਰੋਂ ਦੀ ਟੱਪ ਕੇ ਅੰਦਰ ਜਾ ਪਿਆ। ਨਹੀਂ ਪੈਰ ਛੁਆਏ, ਕਹਿੰਦੇ ਘੋੜੇ ਦੇ ਪੈਰ ਵੀ ਕੰਧ ਨੂੰ ਨਹੀਂ ਛੂਣ ਦਿੱਤੇ, ਇੰਨਾ ਘੋੜਾ ਛੋਲਾ ਸੀ, ਇੰਨਾ ਵਾਵਰੋਲਾ ਉਹਦਾ ਨਾਮ ਸੀ। ਘੋੜਾ ਇਸ ਤਰ੍ਹਾਂ ਕੁੱਦਿਆ ਤੇ ਆਪਣੇ ਪੈਰ ਇਕੱਠੇ ਕਰਕੇ ਘੋੜਾ ਕੰਧ ਦੇ ਉੱਤੋਂ ਦੀ ਟੱਪ ਗਿਆ ਤੇ ਉਹਦੇ ਪੈਰ ਵੀ ਕੰਧ ਨੂੰ ਨਹੀਂ ਲੱਗੇ। ਵੇਖਣ ਤੇ ਹੈਰਾਨਾ, ਵੇਖਣ ਵਾਲੇ ਸਾਰੇ ਹੈਰਾਨ ਸਨ ਵੀ ਐਡਾ ਬਲੀ ਪੈਂਦੇ ਖਾਂ, ਉਹਨੂੰ ਲੈ ਕੇ ਫਿਰ ਕੰਧ ਟੱਪਣੀ, ਘੋੜਾ ਘੋੜਾ ਕਿੱਡਾ ਬਲੀ ਹੋਵੇਗਾ। ਹਾਂਜੀ, ਬੜੋ ਉਹ ਜਠਾਨਾ, ਘੋੜੇ ਨੇ ਵੀ ਆਪਣਾ ਪੂਰਾ ਬਲ ਦਿਖਾਇਆ, ਜਿਵੇਂ ਪੈਂਦਾ ਜਵਾਨ ਸੀ ਉਵੇਂ ਉਹਦੇ ਕੋਲ ਵਰੋਲਾ ਨਾਮ ਦਾ ਘੋੜਾ ਜਿਹੜਾ ਦਿੱਤਾ ਤਾਂ ਗੁਰੂ ਸਾਹਿਬ ਨੇ ਸੀ, 6ਵੇਂ ਪਾਤਸ਼ਾਹ ਨੇ ਉਹਨੂੰ ਬਖਸ਼ਿਆ ਸੀ, ਉਹ ਘੋੜਾ ਕੰਧ ਟੱਪਵਾ ਕੇ ਸਾਧ ਸੰਗਤ ਜੀ 1,00,000 ਰੁਪਈਏ ਦਾ ਇਹ ਘੋੜਾ ਸੀ, 1,00,000 ਦਾ ਮੁੱਲ ਸੀ, ਇਹਦਾ ਨਾਮ ਵਰੋਲਾ ਸੀ, ਵਾਵਰੋਲਾ ਘੋੜਾ ਸੀ। ਚਲਾਕੀ ਦਿਖਾਈ, ਇਸ ਘੋੜੇ ਨੇ ਜੰਗ ਦੇ ਮੈਦਾਨ ਚ ਆਪਣੀ ਚਲਾਕੀ ਵਿਖਾਈ ਹੈ, ਪੈਂਦੇ ਨੂੰ ਲੈ ਕੇ ਉੱਡ ਗਿਆ ਹੈ ਤੇ ਕੰਧ ਟੱਪ ਕੇ 6ਵੇਂ ਪਾਤਸ਼ਾਹ ਦੇ ਕੋਲ ਆ ਗਿਆ ਹੈ। ਪੈਂਦੇ ਖਾਨ ਲਿਓ ਖੈਂਚ ਖੰਡਾ, ਪੈਂਦੇ ਨੇ ਮਿਆਨ ਚੋਂ ਖੰਡਾ ਖਿੱਚ ਲਿਆ, ਤਿੱਖੀ ਧਾਰ, ਜਿਹੜਾ ਚੰਡਿਆ ਹੋਇਆ ਖੰਡਾ ਸੀ, ਫੌਲਾਦ ਦਾ ਖੰਡਾ, ਜਿਹਦੀ ਧਾਰ ਇੰਨੀ ਤਿੱਖੀ ਸੀ ਉੱਤੇ ਕੀੜੀ ਵੀ ਨਹੀਂ ਤੁਰ ਸਕਦੀ। ਹਟੇ ਔਰ ਹੇਰੇ, ਕਹਿੰਦੇ ਬਾਕੀ ਸੂਰਮੇ ਪਿੱਛੇ ਹਟਾ ਦਿੱਤੇ, ਗੁਰੂ ਸਾਹਿਬ ਨੇ ਵੀ ਪੈਂਦਾ ਆ ਗਿਆ, ਹੁਣ ਇਹਦੇ ਨਾਲ ਹੀ ਹੱਥ ਦੋ ਕਰਾਂਗੇ, ਨਹੀਂ ਹੋਤ ਨੇੜੇ, ਹੁਣ ਕੋਈ ਸੂਰਮਾ ਨੇੜੇ ਨਾ ਆਵੇ। ਸਭੇ ਚੌਂਪ ਸੰਗਾ, ਸਾਰੇ ਬੜੇ ਉਤਸ਼ਾਹ ਨਾਲ ਦਿਖੇ ਦੁੰਦ ਜੰਗਾ, ਇਸ ਦੁੰਦ ਯੁੱਧ ਨੂੰ ਵੇਖਣ ਲਈ ਸਾਵਧਾਨ ਹੋ। ਇੱਕ ਪਾਸੇ ਮਹਾਬਲੀ ਸਤਿਗੁਰੂ ਦਲ ਭੰਜਨ ਗੁਰ ਸੂਰਮਾ ਬੱਟ ਯੋਧਾ ਪਰਉਪਕਾਰੀ, ਤੇ ਦੂਜੇ ਪਾਸੇ ਮਹਾਨ ਸੂਰਮਾ ਯੋਧਾ ਪੈਂਦੇ ਖਾਂ, ਆਹਮਣੇ ਸਾਹਮਣੇ ਇਹਨਾਂ ਦਾ ਮੁਕਾਬਲਾ ਵੇਖਾਂਗੇ। ਭਇਓ ਪੈਂਦ ਨੇੜੇ, ਪੈਂਦੇ ਖਾਂ ਆਪਣੇ ਘੋੜੇ ਨੂੰ ਅੱਡੀ ਲਾ ਕੇ ਨੇੜੇ ਆ ਗਿਆ 6ਵੇਂ ਪਾਤਸ਼ਾਹ ਦੇ ਘੋੜੇ ਦੇ, ਔਰ ਬੜਾ ਗਰਜ ਕੇ ਹੰਕਾਰੀ ਪੈਂਦੇ ਖਾਂ ਸਤਿਗੁਰਾਂ ਨੂੰ ਬੋਲਿਆ, ਗੁਰੂ ਜੀ ਸੰਭਾਰੋ, ਗੁਰੂ ਜੀ ਸੰਭਲ ਜਾਓ, ਹੁਣ ਮੈਂ ਆ ਗਿਆ, ਹੁਣ ਆਪਣਾ ਬਚਾਅ ਕਰ ਲਓ, ਜਿੱਥਾ ਉਹ ਜਿਤਹਾਰੋ, ਜਿੰਨਾ ਕੁ ਤੁਹਾਡੇ ਚ ਬਲ ਹੈ ਨਾ, ਜਿੰਨੀ ਕੁ ਤੁਹਾਡੇ ਚ ਸ਼ਕਤੀ ਆ, ਆਪਣੀ ਇਕੱਠੀ ਕਰ ਲਓ, ਹੁਣ ਮੈਂ ਤੁਹਾਡੇ ਤੇ ਵਾਰ ਕਰਨਾ। ਕਰੋ ਨਾ ਹੇਟਾਰਾ, ਤੇ ਟਾਲਾ ਨਾ ਕਰਿਆ ਜੇ, ਮੇਰਾ ਲਿਹਾਜ ਨਾ ਕਰਿਆ ਜੇ, ਜਿਤੋ ਮੋਹੇ ਮਾਰਾ, ਤੇ ਮੈਨੂੰ ਮਾਰਿਆ ਜੇ, ਹੁਣ ਮੈਂ ਤੁਹਾਨੂੰ ਮਾਰਨ ਆਇਆ ਹਾਂ, ਤੁਸੀਂ ਮੈਨੂੰ ਭਰੇ ਦਰਬਾਰ ਵਿੱਚ ਚਪੇੜਾਂ ਮਰਵਾਈਆਂ, ਮੇਰੀ ਬੇਇੱਜ਼ਤੀ ਕੀਤੀ, ਮੇਰੀ ਪੱਗ ਲਾਈ, ਤੁਹਾਡੇ ਸਿੱਖਾਂ ਨੇ ਮੈਨੂੰ ਕੁੱਟਿਆ, ਮੇਰੀ ਜਿਹੜੀ ਪੱਤ ਲਾਈ ਹੈ ਨਾ,
ਉਹਦਾ ਮੈਂ ਬਦਲਾ ਲੈਣ ਆਇਆ ਹਾਂ। ਲੈ ਹਾਂ ਪਕੜਾਂ ਤੋਹੇ, ਮੈਂ ਤੁਹਾਨੂੰ ਜਿਉਂਦਿਆਂ ਫੜ ਕੇ ਬਦਲਾ ਲਵਾਂਗਾ। ਸ਼ਾਹ ਜਹਾਂ ਕੇ ਨਿਕਟਲੇ, ਤੁਹਾਨੂੰ ਬਾਦਸ਼ਾਹ ਕੋਲ ਲੈ ਜਾਣਾ ਬੰਨ ਕੇ ਗੁਰੂ ਜੀ, ਉੱਥੇ ਬਾਦਸ਼ਾਹ ਦੀ ਕਚਹਿਰੀ ਚ ਮੈਂ ਪੇਸ਼ ਕਰ ਦਿਆਂਗਾ। ਬਾਦਸ਼ਾਹ ਤੁਹਾਨੂੰ ਛੱਡੇ ਭਾਵੇਂ ਮਾਰੇ, ਉਹ ਬਾਦਸ਼ਾਹ ਦੀ ਮਰਜ਼ੀ ਹੋਵੇਗੀ। ਜੋ ਜੀਵਨ ਚਾਹੋ ਆਪਣਾ। ਤੇ ਗੁਰੂ ਜੀ, ਜੇ ਆਪਣੀ ਜ਼ਿੰਦਗੀ ਚਾਹੁੰਦੇ ਹੋ, ਜੇ ਆਪਣੀ ਜਾਨ ਬਚਾਉਣੀ ਚਾਹੁੰਦੇ ਹੋ, ਹੋਰ ਕੁਝ ਚਿਰ ਦੁਨੀਆਂ ਤੇ ਰਹਿਣਾ ਚਾਹੁੰਦੇ ਹੋ, ਜੀਣਾ ਚਾਹੁੰਦੇ ਹੋ, ਹਥਿਆਰ ਸੁੱਟ ਦਿਓ, ਮੇਰੇ ਅੱਗੇ ਆਤਮ ਸਮਰਪਣ ਕਰ ਦਿਓ, ਸਰੈਂਡਰ ਕਰ ਦਿਓ। ਮੈਂ ਤੁਹਾਨੂੰ ਲੈ ਕੇ ਚੱਲਾਂਗਾ, ਬਾਦਸ਼ਾਹ ਦੀ ਕਚਹਿਰੀ 'ਚੋਂ ਮੁਆਫ਼ੀ ਦਵਾ ਦਿਆਂਗਾ। ਗੁਰੂ ਜੀ, ਮੈਂ ਤੁਹਾਨੂੰ ਬਾਦਸ਼ਾਹ ਸ਼ਾਹਜਹਾਂ ਨਾਲ ਮਿਲਾਵਾਂਗਾ ਅਤੇ ਬਾਦਸ਼ਾਹ ਤੁਹਾਨੂੰ ਮੇਰੀ ਸਿਫਾਰਿਸ਼ 'ਤੇ ਮੁਆਫ਼ ਕਰ ਦੇਵੇਗਾ। ਜਿਹੜੀ ਤੁਸੀਂ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰਾ ਅਪਮਾਨ ਕੀਤਾ ਹੈ, ਉਹਦੀ ਜਿਹੜੀ ਤੁਸੀਂ ਬੜੀ ਵੱਡੀ ਖਤਾ ਗੁਨਾਹ ਭੁੱਲ ਕੀਤੀ, ਉਹਦੀ ਉੱਥੋਂ ਬਾਦਸ਼ਾਹ ਦੀ ਕਚਹਿਰੀ 'ਚੋਂ ਮਾਫ਼ੀ ਦਵਾ ਦਿਆਂਗਾ। ਰਸਾਵਲ ਛੰਦ ਨਹੀਂ ਤੋ ਸੰਭਾਰੋ, ਤੇ ਜੇ ਨਹੀਂ ਗੁਰੂ ਜੀ ਤੇ ਫਿਰ ਸੰਭਲ ਜਾਓ, ਮੈਂ ਆ ਗਿਆ ਤਗੜਾ ਹੋ ਕੇ। ਜਿੰਨਾ ਕੁ ਤੁਹਾਡੇ 'ਚ ਬਲ ਹੈ ਨਾ, ਜਿੰਨੀ ਕੁ ਤੁਸੀਂ ਸ਼ਕਤੀ ਰੱਖਦੇ ਹੋ ਸ਼ਸਤਰ ਵਿਦਿਆ ਦੀ, ਉਹ ਆਪਣੀ ਪੂਰੀ ਜ਼ੋਰ ਲਾ ਲਓ। ਕਰੋ ਵਾਰ ਖੰਡਾ, ਤੇ ਆਪਣੇ ਖੰਡੇ ਦਾ ਵਾਰ ਮੇਰੇ ਤੇ ਕਰੋ ਗੁਰੂ ਜੀ। ਜਦੋਂ ਮੈਂ ਵਾਰ ਕਰਾਂਗਾ ਨਾ, ਮੈਂ ਤੁਹਾਡੇ ਦੋ ਟੋਟੇ ਕਰਕੇ ਰੱਖ ਦਿਆਂਗਾ ਇੱਕੋ ਵਾਰ ਨਾਲ। ਪੈਂਦੇ ਦੀ ਲਲਕਾਰ ਸੁਣ ਕੇ ਛੇਵੇਂ ਪਾਤਸ਼ਾਹ ਵੀਰ ਰਸ ਵਿੱਚ ਆ ਗਏ। ਜਿਵੇਂ ਪੈਂਦਾ ਬੋਲਿਆ ਸੀ, ਓਦਾਂ ਹੀ ਬੱਬਰ ਸ਼ੇਰ ਤਰ੍ਹਾਂ ਗਰਜ ਕੇ ਸਤਿਗੁਰੂ ਬੋਲੇ। ਮਹਾਰਾਜ ਕਹਿਣ ਲੱਗਿਆ, ਪੈਂਦਿਆ ਜਿਹੜੇ ਗਿੱਦੜ ਹੁੰਦੇ ਨੇ ਡਰਦੇ ਨੇ, ਜਿਹੜੇ ਕਾਇਰ ਹੁੰਦੇ ਨੇ ਬੁੱਝ ਦਿਲ ਹੁੰਦੇ ਨੇ, ਜਿਨ੍ਹਾਂ ਦਾ ਜੰਗ ਦੇ ਨਾਂ ਤੋਂ ਹੀ ਦਿਲ ਘਾਉ ਵਾਉ ਕਰਨ ਲੱਗ ਜਾਂਦਾ, ਉਹ ਤਰਾਸ ਕਰਦੇ ਨੇ, ਉਹ ਭੈ ਮੰਨਦੇ ਨੇ, ਉਹ ਤੇਰੇ ਵਰਗਿਆਂ ਗਿੱਦੜ ਭਵਕਾਂ ਤੋਂ ਡਰਦੇ ਨੇ। ਤਕੈ ਸ਼ਾਹੇ ਪਾਸਾ, ਹਾਂ ਉਹ ਜਾ ਕੇ ਬਾਦਸ਼ਾਹ ਦਾ ਭਰੋਸਾ ਤੱਕਦੇ ਨੇ, ਉਹਦਾ ਸਹਾਰਾ ਲੈਂਦੇ ਨੇ ਜਿਹੜੇ ਗਿੱਦੜ ਹੁੰਦੇ ਨੇ। ਕਹਿਣ ਦਾ ਮਤਲਬ ਹੈ ਵੀ ਤੂੰ ਗਿੱਦੜਾਂ ਵਾਲਾ ਕੰਮ ਕੀਤਾ, ਬਾਦਸ਼ਾਹ ਦਾ ਆਸਰਾ ਤੱਕਿਆ, ਜਾ ਕੇ ਸੱਚੇ ਪਾਤਸ਼ਾਹ ਨੂੰ ਛੱਡ ਕੇ, ਸੱਚਾ ਸਾਹਿਬ ਛੱਡ ਕੇ, ਮਨਮੁਖ ਹੋਏ ਬੰਦੇ ਦਾ ਬੰਦਾ, ਤੂੰ ਸੱਚੇ ਸਾਹਿਬ ਨੂੰ ਗੁਰੂ ਨਾਨਕ ਦਾ ਘਰ ਛੱਡ ਕੇ ਉਸ ਕਾਇਰ ਦਾ ਸ਼ਾਹਜਹਾਂ ਦਾ ਸਹਾਰਾ ਲਿਆ ਹੈ। ਮੈਂ ਜੰਗ ਪਾਵੈ, ਹਾਂ ਸਾਨੂੰ ਤੇ ਜੰਗ ਪਾਉਂਦਾ ਹੈ, ਜੰਗ ਤੇ ਸਾਡਾ ਸ਼ੌਂਕ ਹੈ। ਰਣ ਦੇਖ ਸੂਰੇ ਚਿੱਤ ਉਲਾਸ, ਅਸੀਂ ਤੇ ਅਵਤਾਰ ਹੀ ਜੁੱਤ ਕਰਨ ਲਈ ਧਾਰਨ ਕੀਤਾ ਹੈ। ਬਾਬਾ ਬੁੱਢਾ ਜੀ ਦਾ ਬਚਨ ਹੋਇਆ ਸੀ, ਮਾਤਾ ਗੰਗਾ ਜੀ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਮਾਂ ਤੇਰੇ ਘਰ ਇਹੋ ਜਿਹਾ ਪੁੱਤਰ ਹੋਏਗਾ ਜਿਵੇਂ ਮੈਂ ਗੰਢਾ ਭੰਨ ਦਿੱਤਾ, ਮੁੱਕੀ ਮਾਰ ਕੇ, ਮੁੱਕੇ ਮਾਰ ਕੇ ਜਾਲਮਾਂ ਦੇ ਸਿਰ ਭੰਨ ਦਿਆ ਕਰੇਗਾ, ਫੇਰਿਆ ਕਰੇਗਾ। ਜਿਵੇਂ ਆਹ ਬਿਜਲੀ ਅਸਮਾਨ 'ਚ ਲਿਸ਼ਕਦੀ ਹੈ, ਇਵੇਂ ਉਹਦੀਆਂ ਤੇਗਾਂ ਲਿਸ਼ਕਿਆ ਕਰਨਗੀਆਂ। ਉਹਦਾ ਤਖ਼ਤ ਦਿੱਲੀ ਦੇ ਤਖ਼ਤ ਤੋਂ ਉੱਚਾ ਹੋਵੇਗਾ, ਉਹਦੀ ਸ਼ਾਨ ਜੱਗ ਤੋਂ ਨਿਆਰੀ ਹੋਵੇਗੀ। ਉਹ ਛੇਵੇਂ ਪਾਤਸ਼ਾਹ ਮਹਾਰਾਜ ਗਰਜ ਕੇ ਕਹਿੰਦੇ, ਉਹ ਪੈਂਦੇ ਖਾਨ, ਸਾਡਾ ਤੇ ਅਵਤਾਰ ਹੀ ਯੁੱਧ ਵਾਸਤੇ ਹੋਇਆ ਹੈ। ਰਿਪੂ ਬ੍ਰਿੰਦ ਕਹਾਵੇ, ਅਸੀਂ ਤਾਂ ਬੜੇ ਸ਼ੌਂਕ ਨਾਲ ਲੜਦੇ ਹਾਂ ਤੇ ਵੈਰੀਆਂ ਨੂੰ ਮੈਦਾਨੇ ਜੰਗ 'ਚ ਰੱਖਦੇ ਹਾਂ, ਮਾਰਦੇ ਹਾਂ। ਅਸੀਂ ਉਸ ਬਾਦਸ਼ਾਹ ਨਾਲ ਮੇਲ ਕਰੀਏ, ਉਹਨੂੰ ਜਾ ਕੇ ਮਿਲੀਏ, ਕਿਉਂ ਮਿਲੀਏ? ਕਿਉਂ ਉਹਦੇ ਅੱਗੇ ਅਸੀਂ ਗਿੜਗਿੜਾਈਏ? ਕਿਉਂ ਉਹਦੇ ਅੱਗੇ ਹਥਿਆਰ ਸੁੱਟੀਏ? ਅਸੀਂ ਹਥਿਆਰ ਸੁੱਟਣ ਵਾਸਤੇ ਨਹੀਂ ਚੁੱਕੇ, ਜਿਨ੍ਹਾਂ ਨੇ ਹਥਿਆਰ ਚੁੱਕੇ ਨੇ ਉਹ ਹੁਣ ਜਿੰਨਾ ਚਿਰ ਸਾਡੇ ਸੀਸ ਦੇ ਉੱਤੇ ਦਸਤਾਰ ਹੈ, ਜਿੰਨਾ ਚਿਰ ਸਰੀਰ ਵਿੱਚ ਸਾਡੇ ਸਵਾਸ ਨੇ, ਉਹ ਸਾਡੇ ਹੱਥਾਂ ਵਿੱਚ ਹੀ ਰਹਿਣਗੇ। ਉਹਨਾਂ ਚਿਰ ਇਹਨਾਂ ਸ਼ਸਤਰਾਂ ਨੂੰ ਚਲਾਵਾਂਗੇ ਜਿੰਨਾ ਚਿਰ ਸਰੀਰ 'ਚ ਸਵਾਸ ਰਹਿਣਗੇ। ਅਤੇ ਆ ਜਾ ਪੈਂਦੇ ਖਾਂ, ਅੱਗੇ ਦੇਖਦੇ ਹਾਂ ਕਿਹਦਾ ਖੰਡਾ ਚੱਲਦਾ ਹੈ। ਤੂੰ ਤਾਂ ਕਹਿੰਦਾ ਵੀ ਸਾਨੂੰ ਦੋ ਟੋਟੇ ਕਰੇਗਾ, ਇਹ ਹੁਣੇ ਤੇਰੇ ਦੋ ਟੋਟੇ ਕਰ ਦੇਣੇ ਅਸੀਂ। ਜੇ ਸੱਚ ਜਾਣਾ, ਤੇ ਸੱਚ ਜਾਣ ਲਈ ਲਿਹਾਜ਼ ਅਸੀਂ ਹੁਣ ਕੋਈ ਨਹੀਂ ਕਰਨਾ, ਅਤੇ ਅਜੇ ਤੂੰ ਜਿਉਂਦਾ ਹੈ, ਅਜੇ ਤੇਰੇ ਸਵਾਸ ਚੱਲਦੇ ਨੇ ਪੈਂਦੇ ਖਾਨ, ਤੇ ਜੇ ਤੂੰ ਅੱਗੇ ਵਧੇਗਾ ਤੇ ਤੂੰ ਬਾਜ ਨਾ ਆਇਆ ਨਾ ਆਪਣੀ ਕਰਤੂਤ ਤੋਂ, ਤੇ ਜਿਉਂਦਾ ਮੁੜ ਕੇ ਆਪਣੇ ਘਰ ਨਹੀਂ ਜਾ ਸਕੇਗਾ। ਕਾਲ ਤੇਰੇ ਸਿਰ ਤੇ ਆ ਕੇ ਖਲੋਤਾ ਹੋਇਆ, ਮੌਤ ਤੈਨੂੰ ਦਿਸਦੀ ਨਹੀਂ ਪਰ ਤੇਰੇ ਸਿਰ ਤੇ ਖੜੀ ਮੌਤ ਸਾਨੂੰ ਦਿਸ ਰਹੀ ਹੈ। ਨਹੀਂ ਰੁੰਡ ਮੁੰਡ ਹੋ ਜਾਣਾ, ਹੁਣ ਸਿਰ ਲਾਹ ਦੇਣਾ ਅਸੀਂ। ਫਿਰ ਵੀ ਪੈਂਦੇ ਖਾਨ, ਜਿਹੜੀ ਜੰਗ ਦੀ ਮਰਜ਼ਾਦਾ ਹੈ, ਜਿਹੜੀ ਸੂਰਬੀਰ ਯੋਧਿਆਂ ਨੇ ਹਮੇਸ਼ਾ ਮਰਿਆਦਾ ਨਿਭਾਈ ਹੈ, ਸੁਣੋ ਕੰਨ ਤੈਸੇ, ਉਹ ਕੰਨ ਦੇ ਕੇ ਸੁਣ ਲੈ, ਸਾਡੀ ਜੋ ਮਰਿਆਦਾ, ਜੋ ਸਾਡਾ ਜੰਗ ਦਾ ਅਸੂਲ ਹੈ, ਜੋ ਸਾਡੀ ਗੁਰੂ ਨੇ ਦੱਸੀ ਜੁਗਤੀ ਹੈ ਸਾਨੂੰ, ਉਹ ਸੁਣ ਲੈ। ਨਹੀਂ ਵਾਰ ਕੀਨੋ, ਪਹਿਲਾ ਵਾਰ ਅਸੀਂ ਕਰਦੇ ਨੇ, ਪਹਿਲਾ ਵਾਰ ਤੈਨੂੰ ਕਰਨ ਦਾ ਮੌਕਾ ਤਾਂ ਦਿੰਦੇ ਹਾਂ ਵੀ ਤੇਰੇ ਮਨ 'ਚ ਕਿਤੇ ਕੋਈ ਰਹਿ ਨਾ ਜਾਵੇ ਗੱਲ ਵੀ ਮੈਨੂੰ ਮੌਕਾ ਨਹੀਂ ਮਿਲਿਆ ਵਾਰ ਕਰਨ ਦਾ। ਮਹਾਰਾਜ ਕਹਿੰਦੇ ਤੇਰੇ ਮਨ 'ਚ ਬੜਾ ਸ਼ੌਂਕ ਸੀ ਵੀ ਗੁਰੂ ਨਾਲ ਜਾ ਕੇ ਦੋ ਹੱਥ ਕਰਨੇ ਨੇ, ਤੇ ਕਿਤੇ ਇਹ ਤੇਰੇ ਦਿਲ 'ਚ ਨਾ ਰਹਿ ਜਾਵੇ
ਵੀ ਮੈਂ ਵਾਰ ਕਰ ਹੀ ਨਹੀਂ ਸਕਿਆ। ਤੇਰਾ ਇੰਨਾ ਜ਼ੋਰ ਲਾਇਆ, ਇੰਨੀ ਤੂੰ ਫੌਜਾਂ ਲੈ ਕੇ ਆਇਆ, ਇੰਨਾ ਤੂੰ ਮਿਹਨਤ ਕੀਤੀ ਹੈ, ਅਤੇ ਜੇ ਤੈਨੂੰ ਵਾਰ ਕਰਨ ਦਾ ਮੌਕਾ ਨਾ ਮਿਲਿਆ, ਤੇਰੀ ਸਾਰੀ ਕੀਤੀ ਕਰਾਈ ਐਵੇਂ ਚਲੀ ਜਾਏਗੀ। ਇਸ ਕਰਕੇ ਪੈਂਦੇ ਖਾਨ, ਆਪਣੇ ਮਨ ਦੇ ਅਰਮਾਨ ਪੂਰੇ ਕਰ ਲੈ, ਪਹਿਲਾ ਵਾਰ ਤੂੰ ਕਰ ਲੈ। ਜੇ ਤੂੰ ਸਾਡੇ ਹੱਥੋਂ ਝਟਕਿਆ ਗਿਆ ਅਤੇ ਤੈਨੂੰ ਵਾਰ ਕਰਨ ਦਾ ਮੌਕਾ ਨਾ ਮਿਲਿਆ, ਤੇਰੀ ਰੂਹ, ਤੇਰੀ ਆਤਮਾ ਝੂਰਦੀ ਰਹੇਗੀ ਵੀ ਮੈਨੂੰ ਗੁਰੂ ਨੇ ਵਾਰ ਕਰਨ ਦਾ ਮੌਕਾ ਨਹੀਂ ਦਿੱਤਾ। ਇਸ ਤੇ ਹਮ ਤੋਏ ਸੁਨਾਵਤ ਹੈ, ਇਸ ਕਰਕੇ ਅਸੀਂ ਤੈਨੂੰ ਸੁਣਾ ਕੇ ਕਹਿੰਦੇ ਹਾਂ। ਤੂੰ ਆਪਣੇ ਬਲ ਦਾ ਮਾਣ ਕਰਦਾ, ਤੈਨੂੰ ਆਪਣੀਆਂ ਬਾਹਾਂ ਤੇ, ਆਪਣੀ ਤਾਕਤ ਤੇ, ਆਪਣੀ ਸ਼ਕਤੀ ਤੇ ਬਾਹਲਾ ਮਾਣ ਹੈ। ਤੁਰਕਾਂ ਦੀਆਂ ਫੌਜਾਂ ਵਿੱਚ, ਤੁਰਕਾਂ ਦੀਆਂ ਮਜਲਸਾਂ ਵਿੱਚ ਤੂੰ ਵਾਰ ਵਾਰ ਇਹ ਗੱਲਾਂ ਕਹਿੰਦਾ ਹੈ। ਬਾਦਸ਼ਾਹ ਦੀ ਕਚਹਿਰੀ 'ਚ ਵੀ ਇਹ ਤੂੰ ਗੱਲ ਕਹਿ ਕੇ ਆਇਆ, ਜਲੰਧਰ ਦੇ ਸੂਬੇਦਾਰ ਕੋਲ ਵੀ ਇਹ ਤੂੰ ਗੱਲ ਕਹੀ ਹੈ, ਕਾਲੇ ਖਾਂ ਪਿਸ਼ਾਵਰ ਦੇ ਸੂਬੇਦਾਰ ਨੂੰ ਵੀ ਤੂੰ ਹੁਣੇ ਹੁਣੇ ਕਹਿ ਕੇ ਆਇਆ ਹੈ। ਕਈ ਮਹੀਨਿਆਂ ਦਾ ਇਹੀ ਰੱਟ ਲਾਈ ਹੋਈ ਹੈ ਵੀ ਮੇਰੇ ਡੌਲਿਆਂ 'ਚ ਬੜੀ ਤਾਕਤ ਹੈ ਅਤੇ ਮੈਂ ਗੁਰੂ ਹਰਗੋਬਿੰਦ ਨੂੰ ਜੱਫੀ ਪਾ ਕੇ ਲਿਆਵਾਂਗਾ, ਮੈਂ ਗੁਰੂ ਨੂੰ ਚੁੱਕ ਕੇ ਲਿਆਵਾਂਗਾ। ਇਸ ਕਰਕੇ ਪੈਂਦਾ ਖਾਨ, ਪਹਿਲਾ ਵਾਰ ਤੂੰ ਕਰ ਲੈ, ਕਿਤੇ ਤੇਰੇ ਮਨ 'ਚ ਇਹ ਗੱਲ ਨਾ ਰਹਿ ਜਾਵੇ ਵੀ ਮੈਂ ਉੱਥੇ ਇੰਨੀਆਂ ਡੀਂਗਾਂ ਮਾਰੀਆਂ ਸੀ ਵੀ ਮੈਂ ਗੁਰੂ ਨੂੰ ਚੁੱਕ ਕੇ ਲਿਆਉਣਾ ਅਤੇ ਗੁਰੂ ਨੇ ਮੈਨੂੰ ਮੌਕਾ ਨਹੀਂ ਦਿੱਤਾ। ਤੇਰੇ ਸਰੀਰ 'ਚ ਜਿੰਨਾ ਬਲ ਹੈ ਅਤੇ ਤੇਰੇ ਕੋਲ ਜਿੰਨੀ ਵੀ ਬੁੱਧੀ ਹੈ, ਕਿਉਂਕਿ ਦੋਵੇਂ ਚੀਜ਼ਾਂ ਰਲ ਕੇ ਲੜਦੀਆਂ, ਸਰੀਰ ਦਾ ਬਲ ਤਾਂ ਕੰਮ ਕਰਦਾ ਜੇ ਬੁੱਧੀ ਹੋਵੇ, ਅਤੇ ਜੇ ਇਕੱਲੀ ਬੁੱਧੀ ਹੋਵੇ, ਸਰੀਰ 'ਚ ਵੀ ਬਲ ਕੋਈ ਨਾ ਹੋਵੇ, ਤਾਂ ਵੀ ਗੱਲ ਨਹੀਂ ਬਣਦੀ। ਤੇਰੇ ਕੋਲ ਦੋਵੇਂ ਹੈਨ ਅਤੇ ਫਿਰ ਆਪਣੀਆਂ ਅਜਮਾਲ ਹੈ, ਆਪਣਾ ਦਾਅ ਪੇਚ ਵੀ। ਬੁੱਧੀ ਦਾ ਮਤਲਬ ਜਿਹੜਾ ਲੜਾਈ 'ਚ ਦਾਅ ਪੇਚ ਹੁੰਦਾ, ਵਾਰ ਕਰਨਾ, ਕਿਵੇਂ ਕਰਨਾ, ਉਹ ਤੂੰ ਵੇਖ ਲੈ ਅਤੇ ਆਪਣੇ ਸਰੀਰ ਦਾ ਬਲ ਵੀ ਲਾ ਲੈ। ਆਪਣੇ ਮਨ ਵਿੱਚ ਕੋਈ ਹੌਂਸ ਇੱਛਾ ਤੇਰੀ ਰਹਿ ਨਾ ਜਾਵੇ। ਕਰ ਲੇਹੋ ਬਿਧੀ ਸਭ ਪਾਪਨ ਕੀ, ਜਿੰਨੇ ਕੁ ਪਾਪ ਕਰਨੇ ਨੇ ਨਾ ਉਹ ਕਰ ਲੈ, ਕਿਉਂਕਿ ਪਾਪ ਦੀ ਹੱਦ ਹੁੰਦੀ ਅਕਿਰਤ ਘਣਤਾ। ਕਿਸੇ ਨੇ ਸਾਡੇ 'ਤੇ ਭਲਾ ਕੀਤਾ, ਸਾਡਾ ਅਸੀਂ ਕਿਸੇ ਦਾ ਲੂਣ ਖਾਧਾ, ਅਸੀਂ ਉਹਦੇ ਨਾਲ ਦਗਾ ਕਰਦੇ, ਇਸ ਤੋਂ ਵੱਡਾ ਪਾਪ ਕੋਈ ਨਹੀਂ। ਪਾਪ ਤਾਂ ਹੋਰ ਵੀ ਬੜੇ ਨੇ, ਚੋਰੀ, ਯਾਰੀ, ਠੱਗੀ, ਬੇਈਮਾਨੀ, ਧੋਖਾਧੜੀ, ਸਾਰੇ ਪਾਪ ਹੀ ਨੇ। ਕਿਸੇ ਨੂੰ ਮਾਰ ਦੇਣਾ ਪਾਪ ਹੈ, ਕਿਸੇ ਨਾਲ ਠੱਗੀ ਕਰਨੀ ਪਾਪ ਹੈ, ਝੂਠ ਬੋਲਣਾ ਪਾਪ ਹੈ, ਚੋਰੀ ਕਰਨੀ ਪਾਪ ਹੈ, ਇਹ ਸਾਰੇ ਪਾਪ ਠੀਕ ਨੇ, ਪਰ ਸਭ ਤੋਂ ਵੱਡਾ ਪਾਪ ਹੈ ਅਕਿਰਤ ਘਣਤਾ ਦਾ। ਭਾਰੇ ਭੂਏ ਅਕਿਰਤ ਘਣ, ਮੰਦੀ ਹੂੰ ਮੰਦੇ। ਗੁਰੂ ਨੇ ਪੈਂਦੇ ਨੂੰ ਪਾਲਿਆ ਸੀ, 18 ਸਾਲਾਂ ਦਾ, ਇਹ 16 ਸਾਲਾਂ ਦਾ ਸੀ ਜਦੋਂ ਆਇਆ। ਇਹਦੇ ਜਿਹੜੇ ਮਾਮੇ ਸਨ ਉਹ ਲੈ ਕੇ ਆਏ, ਕਹਿਣ ਲੱਗੇ ਮਹਾਰਾਜ ਇਹ ਸਾਡਾ ਭਾਣਜਾ, ਇਹਦੀ ਮਾਂ ਵੀ ਮਰ ਗਈ, ਇਹਦਾ ਪਿਓ ਵੀ ਮਰ ਗਿਆ, ਕੋਈ ਇਹਨੂੰ ਸੰਭਾਲਣ ਵਾਲਾ ਨਹੀਂ, ਇਹ ਬੱਚਾ ਬਣ ਸਕਦਾ ਕੁਝ ਜੇ ਤੁਸੀਂ ਬਣਾ ਲਓ। ਇਹ 16 ਸਾਲਾਂ ਦਾ ਹੀ 6.5 ਫੁੱਟ ਦਾ ਲੰਮਾ ਹੋ ਗਿਆ ਸੀ ਅਤੇ ਕੱਦ ਕਾਠ ਵੇਖ ਕੇ 6ਵੇਂ ਪਾਤਸ਼ਾਹ ਨੇ ਰੱਖ ਲਿਆ, ਆਪਣੇ ਹੱਥੀਂ ਪਾਲਿਆ, ਪੁਸ਼ਾਕ ਖੁਰਾਕ ਸਭ ਕੁਛ ਵਧੀਆ ਤੋਂ ਵਧੀਆ ਦਿੱਤੀ। ਅੱਜ ਗੁਰੂ ਦਾ ਹੀ ਲੂਣ ਖਾ ਕੇ ਗੁਰੂ ਨੂੰ ਹੀ ਮਾਰਨ ਆ ਗਿਆ ਅਤੇ ਪਾਤਸ਼ਾਹ ਕਹਿੰਦੇ ਵੀ ਕੋਈ ਪਾਪ ਬਾਕੀ ਨਾ ਰਹਿ ਜੇ, ਵੀ ਕਰ ਲੈ ਜਿਹੜਾ ਕਰਨਾ। ਹਾਂਜੀ, ਸੁਣ ਖਾਨ ਵਿਚਾਰਤ ਮੂੜ ਬਲੀ, ਮੂਰਖ ਹੰਕਾਰੀ। ਪੈਂਦੇ ਖਾਨ ਗੁਰੂ ਸਾਹਿਬ ਦੇ ਬਚਨ ਸੁਣ ਕੇ ਸੋਚਣ ਲੱਗਾ, ਅਬ ਛੋਰਤ ਰੰਗਮ ਕਹਾਤ ਭਲੀ, ਕਿ ਹੁਣ ਜੇ ਮੈਂ ਘੋੜੇ ਤੇ ਬਹਿ ਕੇ ਵਾਰ ਕਰਾਂਗਾ, ਵਾਰ ਮੇਰਾ ਚੱਲੇਗਾ ਨਹੀਂ, ਹੁਣ ਮੈਂ ਆਪਣਾ ਘੋੜਾ ਛੱਡ ਦਿਆਂ ਅਤੇ ਗੁਰੂ ਨੂੰ ਚੱਕ ਕੇ ਲਿਜਾਣ ਵਾਸਤੇ ਯਤਨ ਕਰਾਂ। ਜੇ ਮੈਂ ਘੋੜੇ 'ਤੇ ਹੋ ਕੇ ਵਾਰ ਕਰਾਂਗਾ, ਇੰਨਾ ਜ਼ੋਰ ਦਾ ਵਾਰ ਨਹੀਂ ਹੋਵੇਗਾ, ਮੈਂ ਗੁਰੂ ਨੂੰ ਮਾਰਨ ਵਾਸਤੇ ਜ਼ਮੀਨ 'ਤੇ ਉਤਰਾਂ, ਅਤੇ ਧਰਤੀ ਦੇ ਨਾਲ ਮੇਰੇ ਪੈਰ ਜੁੜ ਜਾਣਗੇ, ਜਦੋਂ ਮੇਰੇ 'ਚ ਤਾਕਤ ਹੋਰ ਜ਼ਿਆਦਾ ਹੋ ਜਾਏਗੀ, ਫਿਰ ਮੈਂ ਭਰ ਕੇ ਵਾਰ ਕਰਾਂਗਾ, ਜਾਂ ਗੁਰੂ ਦੇ ਨੇੜੇ ਹੋ ਕੇ ਮਾਰ ਦਿਆਂਗਾ, ਜਾਂ ਗੁਰੂ ਨੂੰ ਹੱਥਾਂ ਵਿੱਚ ਪਕੜ ਕੇ ਜੱਫੀ ਪਾ ਕੇ ਚੁੱਕ ਕੇ ਲੈ ਚੱਲਾਂਗਾ। ਬਸ ਕੋ ਕਰ ਲੈ ਨਿਜ ਸੈਨ ਬਰੋਂ, ਕਹਿੰਦੇ ਬਸ ਇੱਕ ਵਾਰੀ ਜੱਫਾ ਪਾ ਕੇ ਅਤੇ ਗੁਰੂ ਨੂੰ ਘੜੀਸ ਕੇ ਮੈਂ ਆਪਣੀ ਫੌਜ 'ਚ ਵੜ ਜਾਣਾ। ਜਦੋਂ ਅਸੀਂ ਆਪਣੀ ਫੌਜ 'ਚ ਚਲੇ ਗਏ, ਗੁਰੂ ਨੂੰ ਘੇਰਾ ਪਾ ਲਾਂ, ਹੱਥ ਕੜੀਆਂ ਲਾ ਲਾਂਗੇ, ਬੰਨ ਲਵਾਂਗੇ, ਪਿੰਜਰੇ 'ਚ ਪਾ ਲਾਂਗੇ, ਫਿਰ ਕਿਵੇਂ ਛੁੱਟੇਗਾ? ਇਹ ਇਰਾਦਾ ਕਰਕੇ ਅਤੇ ਗੁਰੂ ਸਾਹਿਬ ਨੂੰ ਜੱਫੀ ਪਾ ਕੇ ਮੈਂ ਲੈ ਜਾਵਾਂ। ਕਹਿੰਦਾ ਇੱਥੇ ਹੁਣ ਬਹੁਤਾ ਚਿਰ ਲਾਉਣ ਦੀ ਦੇਰੀ ਲਾਉਣ ਦੀ ਕੋਈ ਗੱਲ ਨਹੀਂ ਹੈ, ਆਪਣਾ ਕੰਮ ਕਰੀਏ ਅਤੇ ਚੱਲੀਏ ਛੇਤੀ ਨਾਲ। ਹਾਂ, ਮੇਰਾ ਜੰਗ ਵੇਖ ਕੇ ਸਾਰੀ ਫੌਜ ਖੜ੍ਹੀ ਹੋਈ ਹੈ, ਮੈਂ ਹੁਣ ਕੁਛ ਕਰਨਾ, ਮੇਰੀ ਡਿਊਟੀ ਲੱਗੀ ਕਾਲੇ ਖਾਂ ਵੱਲੋਂ ਅਤੇ ਮੇਰਾ ਆਪਣਾ ਵੀ ਕੰਮ ਹੈ, ਮੈਂ ਹੁਣ ਗੁਰੂ ਨੂੰ ਜਿਉਂਦਿਆਂ ਫੜ ਕੇ ਲੈ ਜਾਣਾ ਹੈ। ਹੁਣ ਇਹ ਕੰਮ ਸ਼ੁਭ ਕੰਮ ਛੇਤੀ ਬਣ ਜਾਵੇ ਤਾਂ ਚੰਗਾ, ਗੁਰੂ ਮੇਰੇ ਜੱਫੀ 'ਚ ਆ ਜਾਵੇ, ਗੁਰੂ ਮੇਰੇ ਕਾਵੇ 'ਚ, ਕਲਾਵੇ 'ਚ ਆ ਜਾਵੇ। ਜੇ ਮੈਂ ਘੋੜੇ 'ਤੇ ਚੜ੍ਹਿਆ ਰਿਹਾ ਤਾਂ ਮੇਰਾ ਜ਼ੋਰ ਨਹੀਂ ਪੈਣਾ, ਕਿਉਂਕਿ ਘੋੜਾ ਜਿਹੜਾ ਹੈ ਉਹ ਆਪਣੇ ਹਿਸਾਬ ਨਾਲ ਤੁਰੇਗਾ, ਅਤੇ ਜੇ ਮੈਂ ਜੱਫੀ ਪਾ ਕੇ ਚੁੱਕਣਾ ਗੁਰੂ ਨੂੰ ਤਾਂ ਫਿਰ ਘੋੜੇ 'ਤੇ ਕੰਮ ਬਣਨਾ ਨਹੀਂ। ਮੇਰੇ ਦੋਏ ਤੁਰੰਗ ਲਰੰਤ ਸਹੀ, ਘੋੜਿਆਂ 'ਤੇ ਤਾਂ ਲੜਾਈ ਹੋ ਸਕਦੀ ਹੈ, ਘੋੜਾ ਦੂਜਾ ਘੋੜਾ ਆਹਮਣੇ ਸਾਹਮਣੇ ਵਾਰ ਕਰ ਸਕਦੇ ਆ,
ਪਰ ਜਿਹੜਾ ਵਾਰ ਧਰਤੀ 'ਤੇ ਖੜ੍ਹ ਕੇ ਕੀਤਾ ਜਾਂਦਾ ਉਹਦਾ ਭਰਵਾਂ ਵਾਰ ਉਹਦੀ ਮਾਰ ਜ਼ਿਆਦਾ ਹੁੰਦੀ ਹੈ ਇਸ ਕਰਕੇ ਜਿੱਥੇ ਬੀਚ ਵਿਚਾਰ ਸ਼ਿਤਾਬ ਕਰੀ ਇਹ ਵਿਚਾਰ ਕਰਕੇ ਬੜੀ ਛੇਤੀ ਨਾਲ ਪੈਂਦੇ ਖਾਨ ਬਲਵਾਨ ਤਜੋ ਹੈ ਤਾਂ ਹੀ ਕਰੀ ਆਪਣਾ ਬਰੋਲਾ ਨਾਮ ਦਾ ਘੋੜਾ ਛੱਡ ਕੇ ਜ਼ਮੀਨ 'ਤੇ ਆ ਗਿਆ ਪੈਂਦੇ ਨੇ ਜ਼ਮੀਨ 'ਤੇ ਉਤਰ ਕੇ ਘੋੜਾ ਛੱਡ ਦਿੱਤਾ ਛਾਲ ਮਾਰ ਕੇ ਥੱਲੇ ਉਤਰ ਗਿਆ ਬਲ ਤੇਪ ਕਰਿਓ ਖਗਵਾਰ ਕਰਿਓ ਔਰ ਆਪਣੇ ਮਿਆਨ 'ਚ ਖੰਡਾ ਤਾਂ ਪਹਿਲਾਂ ਹੀ ਖਿੱਚਿਆ ਹੋਇਆ ਸੀ ਇਹਨੇ ਅਤੇ ਗੁਰੂ ਸਾਹਿਬ ਦੇ ਨੇੜੇ ਆ ਕੇ ਨਾ ਛੇਵੇਂ ਪਾਤਸ਼ਾਹ ਮਹਾਰਾਜ ਦੇ ਬੜਾ ਜ਼ੋਰ ਦਾ ਖੰਡੇ ਦਾ ਵਾਰ ਕੀਤਾ ਨਿਜ ਹੱਥ ਉਭਾਰਤ ਨੇਰ ਧਰਿਓ ਉਹਨੇ ਏਦਾਂ ਉੱਤਰੋਂ ਦੀ ਪੂਰੇ ਜ਼ੋਰ ਨਾਲ ਪਿੱਛੋਂ ਲਿਆ ਕੇ ਕਿਉਂਕਿ ਜਿਹੜੇ ਵਾਰ ਕਰਨ ਵਾਲੇ ਆ ਨਾ ਉਹ ਦੱਸਦੇ ਆ ਵੀ ਇੱਥੋਂ ਵਾਰ ਕਰਾਂਗੇ ਤਾਂ ਕਿਵੇਂ ਰਹੇਗਾ ਇੱਥੋਂ ਵਾਰ ਕਰਾਂਗੇ ਤਾਂ ਕਿਵੇਂ ਰਹੇਗਾ ਇੱਥੋਂ ਉਹ ਤਾਕਤ ਕਿੰਨੀ ਉਹਨੇ ਪੂਰੀ ਤਾਕਤ ਲਾ ਉੱਤੋਂ ਲਿਆ ਕੇ ਵਾਰ ਖੰਡੇ ਦਾ ਛੇਵੇਂ ਪਾਤਸ਼ਾਹ 'ਤੇ ਕੀਤਾ ਹੈ ਉਹਨੇ ਵਾਰ ਕੀਤਾ ਗੁਰੂ ਸਾਹਿਬ ਦਾ ਪੱਟ ਵੱਢਣ ਲਈ ਕਿਉਂਕਿ ਮਹਾਰਾਜ ਘੋੜੇ 'ਤੇ ਸੀਗੇ ਉਹ ਜ਼ਮੀਨ 'ਤੇ ਆ ਗਿਆ ਜਵਾਨ ਬੜਾ ਸੀ 6.5 ਫੁੱਟ ਤੋਂ 14 ਕੱਦ ਸੀ ਜਿੱਡੇ ਮਹਾਰਾਜ ਜਵਾਨ ਸੀ ਉੱਡਾ ਹੀ ਪੈਂਦਾ ਵੀ ਜਵਾਨ ਸੀ ਉਹਨੇ ਮਹਾਰਾਜ ਦੇ ਆਹ ਪੱਟ ਬੜਾ ਮਜ਼ਬੂਤ ਸੀ ਛੇਵੇਂ ਪਾਤਸ਼ਾਹ ਦਾ ਉਹਨੇ ਸੋਚਿਆ ਵੀ ਪੱਟ ਦੇ ਉੱਤੇ ਤਲਵਾਰ ਵੱਜੇਗੀ ਪੱਟ ਵੱਢਿਆ ਜਾਏਗਾ ਅਤੇ ਥੱਲੇ ਡਿੱਗਣਗੇ ਮੈਂ ਫੜ ਲਵਾਂਗਾ ਇਹ ਸੋਚ ਕੇ ਉਹਨੇ ਤਲਵਾਰ ਆਪਣੀ ਖੰਡਾ ਜਿਹੜਾ ਸੀ ਨਾ ਉਹ ਮਹਾਰਾਜ ਦੇ ਪੱਟ 'ਤੇ ਮਾਰਿਆ ਔਰ ਪੂਰੀ ਬਾਂਹ ਪਸਾਰ ਕੇ ਪੂਰਾ ਭਰਵਾਂ ਵਾਰ ਕਹਿੰਦੇ ਉਹਨੂੰ ਜਿਹੜਾ ਪਿੱਛੋਂ ਲਿਆ ਕੇ ਮਾਰਿਆ ਜਾਂਦਾ ਉਹਨੇ ਭਰ ਕੇ ਵਾਰ ਮਾਰਿਆ ਜ਼ੋਰ ਦੇ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਦੇਖ ਰਹੇ ਸੀ ਵੀ ਕਿਹੜੇ ਵਾਰ ਨੇ ਕਿਹੜੇ ਪੈਂਸਲੇ 'ਤੇ ਆ ਰਿਹਾ ਕਿਉਂਕਿ ਜਿਹੜੇ ਜੰਗ ਦੇ ਮਾਹਰ ਹੁੰਦੇ ਹਨ ਉਹ ਦੁਸ਼ਮਣ ਦੀ ਅੱਖ 'ਚ ਅੱਖ ਰੱਖਦੇ ਗੱਤਕੇ ਵਾਲੇ ਵੀ ਇਹ ਦੱਸਦੇ ਆ ਵੀ ਜਿਹਦੇ ਨਾਲ ਗੱਤਕਾ ਖੇਡਦਾ ਉਹਦੀ ਅੱਖ ਅਤੇ ਪੂਰੀ ਨਿਗਾਹ ਰੱਖਣੀ ਅੱਖ ਝਮਕਣ ਨਹੀਂ ਦੇਣੀ ਇੱਦਾਂ ਅੱਖ ਰੱਖਣੀ ਹੈ ਵੀ ਜੇ ਮਾੜੀ ਜੀ ਅੱਖ ਝਮਕਦੀ ਤਾਂ ਪਤਾ ਲੱਗਦਾ ਵੀ ਇਹ ਕਿੱਧਰ ਨੂੰ ਵਾਰ ਕਰੇਗਾ ਸਤਿਗੁਰੂ ਪੈਂਦੇ ਨੂੰ ਦੇਖ ਰਹੇ ਸਨ ਵੀ ਪੈਂਦਾ ਕਿਹੜਾ ਵਾਰ ਕਰੇਗਾ ਜਦੋਂ ਉਹਨੂੰ ਮਹਾਰਾਜ ਨੇ ਪੜ੍ਹ ਲਿਆ ਉਹਦੇ ਚਿਹਰੇ ਤੋਂ ਵੀ ਸਾਡੇ ਪੱਟ 'ਤੇ ਵਾਰ ਕਰੇਗਾ ਗੁਰੂ ਸਾਹਿਬ ਜੀ ਨੇ ਕੀ ਕੀਤਾ ਜਿਹੜੇ ਚਰਨਾਂ ਵਿੱਚ ਪਾਈ ਹੁੰਦੀ ਨਾ ਰਕਾਬ ਘੋੜੇ ਦੇ ਦੋਵੇਂ ਪਾਸੇ ਰਕਾਬਾਂ ਪਾਈਆਂ ਹੁੰਦੀਆਂ ਅਤੇ ਉਹ ਬੜੀਆਂ ਕੀਮਤੀ ਰਕਾਬਾਂ ਸਨ ਆਮ ਤਾਂ ਲੋਹੇ ਦੀਆਂ ਹੁੰਦੀਆਂ ਨੇ ਗੁਰੂ ਸਾਹਿਬ ਜੀ ਦੇ ਘੋੜੇ ਦੀਆਂ ਰਕਾਬਾਂ ਭਰਤ ਦੀਆਂ ਸਨ ਭਰਤ ਇੱਕ ਧਾਤ ਹੁੰਦੀ ਹੈ ਕਾਂਸੀ ਵੀ ਜਿਵੇਂ ਹੁੰਦੀ ਹੈ ਨਾ ਕਾਂਸੀ ਹੁੰਦੀ ਹੈ ਇੱਕ ਭਰਤ ਹੁੰਦੀ ਹੈ ਇਹ ਵੱਖਰੇ ਵੱਖਰੇ ਪਹਿਲੇ ਜ਼ਮਾਨੇ ਸਾਡੇ ਘਰਾਂ 'ਚ ਭਾਂਡੇ ਹੁੰਦੇ ਸੀ ਕਹਿਣ ਦਾ ਭਾਂਡਾ ਭਰਤ ਦਾ ਭਾਂਡਾ ਕਾਂਸੀ ਦਾ ਥਾਲੀਆਂ ਕੌਲੀਆਂ ਗਲਾਸ ਵੀ ਹੁੰਦੇ ਉਹ ਭਰਤ ਦੀ ਬਣੀ ਹੋਈ ਸੀ ਰਕਾਬ ਸਤਿਗੁਰੂ ਜੀ ਦੇ ਖੱਬੇ ਪੈਰ ਵਿੱਚ ਜਿਹੜੀ ਸੱਜੇ ਪੈਰ ਵਿੱਚ ਵੀ ਸੀ ਖੱਬੇ ਵਿੱਚ ਵੀ ਸੀ ਜਿਹੜੀ ਖੱਬੀ ਰਕਾਬ ਸੀ ਸਤਿਗੁਰਾਂ ਦੀ ਦਹ ਸੇਰ ਸੁਤੋਲ ਵਿਖੇ ਜੁਗਤੇ ਕਹਿੰਦੇ ਉਹ ਦੋਵੇਂ ਜਿਹੜੀਆਂ ਰਕਾਬਾਂ ਸਨ ਉਹ 10 ਸੇਰ ਦੀਆਂ ਸਨ ਉਹਨਾਂ ਦਾ ਭਾਰ ਜਿਹੜਾ ਸੀ ਉਹ 10 ਕਿਲੋ ਸੀਗਾ 5-5 ਕਿਲੋ ਉਹਨਾਂ ਦਾ ਭਾਰ ਸੀ ਰਕਾਬਾਂ ਦਾ ਕਿਉਂਕਿ ਸਤਿਗੁਰੂ ਬੜੀ ਬਲੀ ਸਨ ਘੋੜਾ ਵੀ ਬੜਾ ਬਲੀ ਸੀ ਉੱਦਾਂ ਦੀ ਰਕਾਬ ਵੀ ਜਿਹੜੀ ਸੀ ਜੰਗ ਵਾਸਤੇ ਬੜੀ ਮਜ਼ਬੂਤ ਸੀ ਸਤਿਗੁਰੂ ਜੀ ਨੇ ਉਹ ਜਿਹੜੀ ਖੱਬੇ ਵਾਲੇ ਪੈਰ ਵਾਲੀ ਰਕਾਬ ਸੀ ਨਾ ਉਹ ਇੱਦਾਂ ਲੱਤ ਨੂੰ ਕੀਤਾ ਫਿਰ ਹਾਂਜੀ ਬਲ ਦੀਰਘ ਸੰਗਤ ਹਾਂ ਲੱਗਤੇ ਉੱਥੇ ਉੱਧਰੋਂ ਪੈਂਦੇ ਦੀ ਤਲਵਾਰ ਆਈ ਜਿੱਥੇ ਪੱਟ 'ਤੇ ਆਉਣੀ ਸੀ ਗੁਰੂ ਸਾਹਿਬ ਨੇ ਅੱਗੇ ਰਕਾਬ ਕਰ ਦਿੱਤੀ ਉਹ ਰਕਾਬ ਚਰਨਾਂ ਦੇ ਉੱਤੇ ਜਿਹੜੀ ਸੀ ਲੋਹੇ ਰਕਾਬ ਸੀਗੀ ਭਾਰਤ ਦੀ ਬਹੁਤ ਮੈਟਲ ਦੀ ਬਣੀ ਹੋਈ ਉਹਦੇ ਉੱਤੇ ਖੰਡਾ ਵੱਜਿਆ ਆ ਕੇ ਦੋਹਰਾ ਹੁਤੀ ਭਰਤ ਕੀ ਪੀਨ ਬੱਡ ਉਹ ਬੜੀ ਮਜ਼ਬੂਤ ਭਰਤ ਧਾਤੂ ਦੀ ਬਣੀ ਹੋਈ ਰਕਾਬ ਸੀ ਛੇਵੇਂ ਪਾਤਸ਼ਾਹ ਦੇ ਘੋੜੇ ਦੀ ਖੜਗ ਲੱਗਿਓ ਤੇ ਸੰਗ ਉਹਦੇ ਉੱਤੇ ਆ ਕੇ ਪੈਂਦੇ ਦਾ ਖੰਡਾ ਵੱਜਾ ਸਰਿਓ ਨਾ ਕਾਰਜ ਕੁਛ ਤਬੈ ਕੁਛ ਵੀ ਨਹੀਂ ਵਿਗੜਿਆ ਨਾ ਗੁਰੂ ਸਾਹਿਬ ਦੇ ਚਰਨਾਂ ਤੇ ਕੋਈ ਝਰੀਟ ਲੱਗੀ ਤੇ ਨਾ ਹੀ ਰਕਾਬ ਟੁੱਟੀ ਹਾਲਾਂਕਿ ਖੰਡਾ ਬੜੇ ਜਵਾਨ ਨੇ ਜ਼ੋਰ ਨਾਲ ਮਾਰਿਆ ਸੀ ਪਰ ਗੁਰੂ ਸਾਹਿਬ ਨੂੰ ਢਾਲ 'ਤੇ ਵੀ ਨਹੀਂ ਰੋਕਣਾ ਪਿਆ ਰਕਾਬ 'ਤੇ ਰੋਕ ਲਏ ਇੱਕ ਤਰ੍ਹਾਂ ਨਾਲ ਪੈਂਦੇ ਦੇ ਵਾਰ ਦੀ ਨਿਰਾਦਰੀ ਕਰ ਦਿੱਤੀ ਵੀ ਤੂੰ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਵੀ ਮੈਂ ਤਾਂ ਇੱਕੋ ਵਾਰ ਨਾ ਕਰ ਦਿਆਂਗਾ ਅਜੇ ਤਾਂ ਤੂੰ ਵਾਰ ਵੀ ਨਹੀਂ ਮਾਰਨਾ ਆਉਂਦਾ ਤੈਨੂੰ ਰਕਾਬ 'ਤੇ ਰੋਕ ਲਿਆ ਸੱਚੇ ਪਾਤਸ਼ਾਹ ਨੇ ਹਾਂਜੀ ਨਿਫਲਿਓ ਵਾਰ ਕੁਡਹੰਗ ਕਹਿੰਦੇ ਵਾਰ ਬੇਟਪਾ ਗਿਆ ਖਾਲੀ ਗਿਆ ਪੈਂਦੇ ਦਾ ਵਾਰ ਪਹਿਲਾ ਵਾਰ ਖਾਲੀ ਗਿਆ ਪਾਦੜੀ ਛੰਦ ਪੁਨ ਪੈਂਦ ਖਾਨ ਕੁਪ ਕਹਿ ਪ੍ਰਚੰਡ ਪੈਂਦੇ ਦਾ ਗੁੱਸਾ ਹੋਰ ਵੱਧ ਗਿਆ ਜਦੋਂ ਕਿਸੇ ਸੂਰਮੇ ਦਾ ਵਾਰ ਖਾਲੀ ਜਾਵੇ ਨਾ ਉਹਨੂੰ ਹੋਰ ਜ਼ਿਆਦਾ ਚਿਪ ਚੜ ਜਾਂਦੀ ਹੈ ਪੈਂਦੇ ਨੂੰ ਹੋਰ ਗੁੱਸਾ ਚੜ ਗਿਆ ਉਹ ਬੜਾ ਬਲੀ ਸੀ ਉਹਨੇ ਦੂਜਾ ਵਾਰ ਖੰਡੇ ਦਾ ਉਬਾਰਿਆ ਫਿਰ ਮਾਰਨ ਵਾਸਤੇ ਬੜੀ ਫੁਰਤੀ ਨਾਲ ਛਾਲ ਮਾਰ ਕੇ ਜਿਵੇਂ ਸ਼ੇਰ ਹੁੰਦਾ ਨਾ ਇੱਦਾਂ ਚੀਤਾ ਜਿਵੇਂ ਸ਼ਿਕਾਰ 'ਤੇ ਪੈਂਦਾ ਉਹ ਫਿਰ ਛਾਲ ਮਾਰ ਕੇ ਆਇਆ ਛੇਵੇਂ ਪਾਤਸ਼ਾਹ 'ਤੇ ਖੰਡੇ ਦਾ ਵਾਰ ਕਰਨ ਜਿੱਤ ਚਾਹੇ ਪ੍ਰਹਾਰ ਪ੍ਰਭ ਕੇ ਸੋ ਅੰਗ ਦੁਬਾਰਾ ਸਤਿਗੁਰੂ ਜੀ ਨੂੰ ਖੰਡੇ ਨਾਲ ਮਾਰਨਾ ਚਾਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਆਪਣੇ ਘੋੜੇ ਨੂੰ ਬੜੀ ਛੇਤੀ ਨਾਲ ਘੁਮਾ ਕੇ ਖੱਬੇ ਹੱਥ ਵਿੱਚ ਢਾਲ ਲੈ ਲਈ ਢਾਲ ਸੀ ਸਤਿਗੁਰੂ ਜੀ ਦੀ ਬੜੀ ਭਾਰੀ ਢਾਲ ਸੀ
ਬੜੇ ਉਹਦੇ ਫੁੱਲਾਂ ਦਾ ਸਵਾ ਸਵਾ ਸੇਰ ਇੱਕ ਇੱਕ ਫੁੱਲ ਦਾ ਭਾਰ ਸੀ ਤੇ ਪੰਜ ਸੇਰ ਫੁੱਲਾਂ ਦਾ ਭਾਰ ਸੀ ਢਾਲ ਦਾ ਢਾਲ ਕਿੰਨੀ ਭਾਰੀ ਹੋਵੇਗੀ ਜਦੋਂ ਮਹਾਰਾਜ ਨੇ ਵੇਖਿਆ ਵੀ ਵਾਰ ਖੰਡੇ ਦਾ ਬਿਲਕੁਲ ਨੇੜੇ ਆ ਗਿਆ ਹੈ ਮਹਾਰਾਜ ਨੇ ਆਪਣੇ ਭਾਰੇ ਢਾਲੇ ਦੇ ਉੱਤੇ ਉਹਦਾ ਵਾਰ ਰੋਕ ਲਿਆ ਪੈਂਦੇ ਦਾ ਦੂਜਾ ਵਾਰ ਵੀ ਨਿਸਫਲ ਗਿਆ ਖਾਲੀ ਗਿਆ ਮਹਾਰਾਜ ਉਦਾਂ ਹੀ ਧੀਰਜ ਨਾਲ ਘੋੜੇ ਦੇ ਉੱਤੇ ਉਦਾਂ ਹੀ ਹੌਸਲੇ ਨਾਲ ਖੜੇ ਇੰਨਾ ਖਤਰਨਾਕ ਵਾਰ ਉਹਦੇ ਬੰਦੇ ਦਾ ਦਿਲ ਦਹਿਲ ਜਾਂਦਾ ਮਾੜੇ ਮੋਟੇ ਦਾ ਪਰ ਮਹਾਰਾਜ ਬੱਬਰ ਸ਼ੇਰ ਸਨ ਛੇਵੇਂ ਪਾਤਸ਼ਾਹ ਜੀ ਮਨ ਵਿੱਚ ਕੋਈ ਮਲਾਲ ਕੋਈ ਢਹਿੰਦੀ ਕਲਾ ਦਾ ਖਿਆਲ ਨਹੀਂ ਆਇਆ ਉਸੇ ਤਰ੍ਹਾਂ ਹੀ ਜਲਾਲ ਨਾਲ ਖੜੇ ਨੇ ਪਹਿਲਾਂ ਰਕਾਬ ਤੇ ਵਾਰ ਰੋਕ ਲਿਆ ਦੂਜਾ ਢਾਲ ਤੇ ਰੋਕ ਲਿਆ ਪੈਂਦੇ ਦਾ ਹੁਣ ਪੈਂਦੇ ਦੇ ਦਿਮਾਗ 'ਚ ਚਿੰਤਾ ਪੈ ਗਈ ਫਿਕਰ ਹੋ ਗਿਆ ਵੀ ਮੇਰੇ ਦੋਵੇਂ ਵਾਰ ਖਾਲੀ ਗਏ ਨੇ ਮੇਰੇ ਇੱਕ ਵਾਰ ਨੇ ਕੋਈ ਕੰਮ ਨਹੀਂ ਕੀਤਾ ਮੇਰੇ ਵਾਰ ਵਿਅਰਥ ਗਏ ਨੇ ਚਿਪਰ ਉਛਲ ਇਤ ਉਤ ਤਕਾਏ ਫੇਰ ਛੇਤੀ ਨਾਲ ਉਛਲ ਕੇ ਤੀਜਾ ਵਾਰ ਕਰਨ ਦੇ ਲਈ ਸੋਚਣ ਲੱਗਾ ਖਰ ਖੜਗ ਪ੍ਰਹਾਰਨ ਕਰਤ ਦਾਏ ਉਹ ਗੁਰੂ ਸਾਹਿਬ ਜੀ ਦੇ ਉੱਤੇ ਤਿੱਖਾ ਵਾਰ ਖੰਡੇ ਦਾ ਕਰਨਾ ਚਾਹੁੰਦਾ ਵੀ ਜਿਹੜਾ ਪਾਰ ਲੰਘ ਜਾਵੇ ਉਹ ਦਾ ਤੱਕਦਾ ਹੈ ਵੀ ਕਿੱਥੋਂ ਮਾਰਾਂ ਤੇ ਮੇਰਾ ਵਾਰ ਟਿਕਾਣੇ ਤੇ ਲੱਗੇ ਹੁਣ ਸਾਧ ਸੰਗਤ ਜੀ ਇਹ ਵਾਰ ਕਰਕੇ ਪੈਂਤੜਾ ਬਦਲ ਕੇ ਫਿਰ ਦੂਜੇ ਪਾਸੇ ਆਇਆ ਕਰ ਕੋ ਉਭਾਰ ਮਾਰਿਓ ਕਰਾਲ ਇਹਨੇ ਫਿਰ ਦੂਜਾ ਵਾਰ ਤੀਜਾ ਵਾਰ ਜਿਹੜਾ ਸੀ ਨਾ ਫਿਰ ਮਾਰਿਆ ਬੜੇ ਜ਼ੋਰ ਭਿਆਨਕ ਵਾਰ ਮਾਰਿਆ ਬਹੁਤ ਖਤਰਨਾਕ ਵਾਰ ਮਾਰਿਆ ਮਹਾਰਾਜ ਛੇਵੇਂ ਪਾਤਸ਼ਾਹ ਬੜੇ ਧੀਰਜ ਨਾਲ ਬੜੇ ਹੌਸਲੇ ਨਾਲ ਕਰ ਛਿਪਰ ਤਾਹੇ ਦਸ਼ਕੀਨ ਹੱਥ ਤੇ ਮਹਾਰਾਜ ਨੇ ਉਹਦਾ ਘੋੜਾ ਘੁਮਾਤਾ ਤੇ ਵਾਰ ਉਹਨੂੰ ਖਬੇ ਫਿਰ ਪਾਸੇ ਕਰ ਲਿਆ ਮਹਾਰਾਜ ਦੀ ਢਾਲ ਜਿਹੜੀ ਸੀ ਉਹਦੇ ਸਵਾ ਸਵਾ ਸਿਰ ਦੇ ਫੁੱਲ ਸਨ ਇਹ ਲੱਗਿਓ ਖੜਕ ਬਲ ਅਧਿਕ ਸੋਏ ਕਹਿੰਦੇ ਤੀਜਾ ਵਾਰ ਢਾਲ ਦੇ ਫੁੱਲ ਦੇ ਉੱਤੇ ਵੱਜਾ ਜਦੋਂ ਢਾਲ ਦੇ ਉੱਤੇ ਜਿਹੜੇ ਫੁੱਲ ਹੁੰਦੇ ਆ ਨਾ ਉਹ ਫੁਲਾਦਦੇ ਸਨ ਤੇ ਖੰਡਾ ਵੀ ਉਹਦਾ ਫੁਲਾਦਦਾ ਸੀ ਫੁਲਾਦ ਨਾਲ ਫੁਲਾਦ ਟਕਰਾਇਆ ਤੇ ਪੈਂਦੇ ਖਾਂ ਦਾ ਖੰਡਾ ਟੁੱਟ ਕੇ ਦੋ ਹੋ ਗਿਆ ਫੁਲਾਦ ਦਾ ਜਿਹੜਾ ਖੰਡਾ ਨਾ ਉਹ ਇੱਦਾਂ ਮਾਰੋ ਤੇ ਵੱਢ ਕੇ ਲੋਹੇ ਨੂੰ ਵੀ ਚਲਾ ਜਾਂਦਾ ਤੇ ਜੇ ਮਾੜਾ ਜਿਹਾ ਚਪਟਾ ਹੋ ਜੇ ਤੇ ਇੱਦਾਂ ਟੁੱਟ ਜਾਂਦਾ ਕੱਚੀ ਕੱਚ ਦੀ ਤਰ੍ਹਾਂ ਸੋ ਇਸ ਤਰ੍ਹਾਂ ਖੰਡਾ ਪੈਂਦੇ ਦਾ ਟੁੱਟ ਗਿਆ ਹੱਥ ਮੁਸ਼ਟ ਬੜ ਬਾਹੂ ਦੰਡ ਖੰਡਾ ਟੁੱਟ ਗਿਆ ਹੱਥ ਵਿੱਚ ਮੁੱਠਾ ਹੀ ਰਹਿ ਗਿਆ ਤਲਵਾਰ ਦਾ ਛੇਵੇਂ ਪਾਤਸ਼ਾਹ ਘੋੜੇ ਤੇ ਬੈਠੇ ਵੇਖ ਰਹੇ ਨੇ ਮਾਰ ਸਕਦੇ ਸੀ ਕਿਉਂਕਿ ਤਿੰਨ ਵਾਰ ਪੈਂਦੇ ਨੇ ਕਰ ਲਏ ਸਨ ਹੁਣ ਮਹਾਰਾਜ ਦਾ ਚੌਥਾ ਵਾਰ ਕਰਨ ਦਾ ਹੱਕ ਬਣਦਾ ਸੀ ਮਹਾਰਾਜ ਨੇ ਨਹੀਂ ਮਾਰਿਆ ਕਿਉਂ ਨਹੀਂ ਮਾਰਿਆ ਕਵੀ ਜੀ ਲਿਖਦੇ ਹੈ ਹੋਏ ਗੋਲ ਚਾਰ ਨਿਜ ਚਿਤ ਵਿਚਾਰ ਮਹਾਰਾਜ ਸੋਚਦੇ ਹੈ ਇਹ ਖਾਲੀ ਹੱਥ ਹੈ ਇਹ ਨਿਹੱਥਾ ਹੈ ਇਹ ਲਚਾਰ ਹੈ ਇਹਦੇ ਕੋਲ ਹੁਣ ਸ਼ਸਤਰ ਕੋਈ ਨਹੀਂ ਖੰਡੇ ਤੋਂ ਬਿਨਾਂ ਹੈ ਇਹ ਨਿਹੱਥੇ ਉੱਤੇ ਸੂਰਮਾ ਵਾਰ ਨਹੀਂ ਕਰਦਾ ਇੱਧਰੋਂ ਪੈਂਦੇ ਦਾ ਸ਼ੈਤਾਨੀ ਦਿਮਾਗ ਵੀ ਸ਼ਸਤਰ ਦੀ ਲੋੜ ਹੀ ਨਹੀਂ ਮੈਂ ਗੁਰੂ ਨੂੰ ਬਾਹਾਂ ਨਾਲ ਹੀ ਚੱਕ ਕੇ ਲੈ ਜਾਣਾ ਹੈ ਜਿਸ ਬਾਹ ਜਾਏ ਤਬ ਪੈਂਦ ਖਾਨ ਪੈਂਦਾ ਖਾਨ ਚੌਥੀ ਵਾਰੀ ਔਲਿਆ ਉਹਦੇ ਕੋਲ ਹੁਣ ਖੰਡੇ ਦਾ ਮੁੱਠਾ ਹੀ ਸੀ ਕੁਛ ਨਹੀਂ ਸੀ ਤੇ ਉਹ ਗੁਰੂ ਸਾਹਿਬ ਦੇ ਖੱਬੇ ਪਾਸੇ ਫਿਰ ਆ ਗਿਆ ਜਿੱਥੇ ਪਹਿਲਾਂ ਰਕਾਬ ਦੇ ਉੱਤੇ ਵਾਰ ਕੀਤਾ ਸੀ ਨਾ ਖੱਬੇ ਵਾਰ ਉੱਥੇ ਹੀ ਫਿਰ ਪਹੁੰਚ ਗਿਆ ਪੈਂਦੇ ਖਾਨ ਗੁਰ ਕੋਤ ਰੰਗ ਕਹਿ ਡਰ ਪਾਨ ਇਰਾਦਾ ਕੀਤਾ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ ਹੀ ਉਲਟਾ ਦੇ ਕਿੱਡਾ ਬਲੀ ਸੀ ਕਿ ਘੋੜੇ ਨੂੰ ਏਦਾਂ ਚੁੱਕ ਕੇ ਏਦਾਂ ਉਲਟਾਉਣ ਦਾ ਇਰਾਦਾ ਬਣਾ ਲਿਆ ਜਿਹੇ ਹੁਤੋ ਤੰਗ ਇੱਕ ਹੱਥ ਪਾਏ ਜਿੱਥੇ ਘੋੜੇ ਦਾ ਤੰਗ ਕੱਸਿਆ ਹੋਇਆ ਸੀ ਘੋੜੇ ਦੇ ਉੱਤੇ ਕਾਠੀ ਪਾ ਕੇ ਥੱਲਿਓਂ ਤੰਗ ਕੱਸਦੇ ਨੇ ਆਮ ਬੈਲਟ ਕਹਿੰਦੇ ਅੰਗਰੇਜ਼ੀ ਵਾਲੇ ਪਰ ਆਪਣੀ ਪੁਰਾਤਨ ਬੋਲੀ ਤੰਗ ਕਹਿੰਦੇ ਨੇ ਉਹਨੂੰ ਕੱਸਦੇ ਨੇ ਤਿੰਨ ਤੰਗ ਜਾਂ ਦੋ ਤੰਗ ਘੱਟੋ ਘੱਟ ਕੱਸੇ ਹੁੰਦੇ ਨੇ ਪਹਿਲਾਂ ਤਾਰੂ ਪਾ ਕੇ ਉਹਨੂੰ ਕੱਸਦੇ ਨੇ ਫਿਰ ਕਾਠੀ ਪਾ ਕੇ ਉਹਨੂੰ ਕੱਸਦੇ ਨੇ ਤੇ ਫਿਰ ਉੱਤੋਂ ਦੀ ਇੱਕ ਹੋਰ ਜੰਗ ਦੇ ਵਿੱਚ ਉਹਨੂੰ ਪਾ ਦਿੰਦੇ ਨੇ ਤਾਂ ਕਿ ਜੇ ਇੱਕ ਤੰਗ ਟੁੱਟ ਜਾਵੇ ਤਾਂ ਦੂਜਾ ਕੰਮ ਆ ਜਾਵੇ ਜੇ ਦੂਜਾ ਟੁੱਟ ਜਾਵੇ ਤਾਂ ਤੀਜਾ ਘੱਟੋ ਘੱਟ ਕਾਠੀ ਜਿਹੜੀ ਹੈ ਨਾ ਉਹ ਉੱਥੋਂ ਡਿੱਗੇ ਨਾ ਸਵਾਰ ਇੱਕਦਮ ਨਾ ਉਹ ਫਿਰ ਜੰਗੀ ਤੰਗ ਕੱਸਿਆ ਸੀ ਨਾ ਜਿੱਥੋਂ ਦੀ ਥੱਲਿਓਂ ਦੀ ਯਾਨੀ ਘੋੜੇ ਦੀ ਅਗਲੀਆਂ ਲੱਤਾਂ ਦੇ ਪਿੱਛੇ ਪਿਛਲੀਆਂ ਲੱਤਾਂ ਦੇ ਅੱਗੇ ਥੱਲਿਓਂ ਦੀ ਢਿੱਡ ਦੇ ਕੋਲੋਂ ਦੀ ਪੈਂਦੇ ਨੇ ਆਪਣਾ ਹੱਥ ਪਾ ਲਿਆ ਦੂਜਾ ਹੱਥ ਜਿਹੜਾ ਸੀ ਉਹਨੇ ਘੋੜੇ ਦੀ ਗਰਦਨ ਦੇ ਉੱਤੋਂ ਦੀ ਪਾ ਲਿਆ ਇਸ ਤਰ੍ਹਾਂ ਦੋਵਾਂ ਹੱਥਾਂ ਦੀ ਜਾ ਕੇ ਕੰਘੀ ਮਿਲਾ ਲਈ ਇੱਦਾਂ ਦੋਵੇਂ ਪਾਸਿਓਂ ਲਿਆ ਕੇ ਘੋੜੇ ਨੂੰ ਇੱਦਾਂ ਫੜ ਲਿਆ ਆਪਣੀਆਂ ਬਾਹਾਂ ਦੇ ਵਿੱਚ ਅਤੇ ਦੋਵੇਂ ਲੱਤਾਂ ਮਹਾਰਾਜ ਛੇਵੇਂ ਪਾਤਸ਼ਾਹ ਦੀਆਂ ਉਹਦੀਆਂ ਬਾਹਾਂ ਦੇ ਵਿੱਚ ਆ ਗਈਆਂ ਉਹ ਕੀ ਚਾਹੁੰਦਾ ਵੀ ਇਸ ਤਰ੍ਹਾਂ ਮੈਂ ਘੋੜੇ ਨੂੰ ਇੱਦਾਂ ਉਲਟਾ ਲਿਆ ਘੋੜੇ ਦਾ ਪਿਛਲਾ ਪਾਸਾ ਚੁੱਕ ਦਿਆਂ ਅਤੇ ਅਗਲੇ ਪਾਸੇ ਨਵਾ ਕੇ ਜਦੋਂ ਘੋੜੇ ਨੂੰ ਮੁੱਧਾ ਕਰਾਂਗਾ ਗੁਰੂ ਸਾਹਿਬ ਡਿੱਗਣਗੇ ਫਿਰ ਮੈਂ ਗੁਰੂ ਸਾਹਿਬ ਨੂੰ ਚੁੱਕ ਕੇ ਲੈ ਜਾਵਾਂਗਾ ਹਾਂਜੀ ਸਮਰੱਥ ਉਚਾਏ ਸਕ ਹੈ ਸੁਮੇਰ ਆਹਾ ਕਵੀ ਜੀ ਕਹਿੰਦੇ ਜਿਹੜੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸੁਮੇਰ ਪਰਬਤ ਨੂੰ ਚੁੱਕ ਸਕਣ ਦੀ ਸਮਰੱਥਾ ਰੱਖਦੇ ਆ
जेड़े खंडा बरमंडा नु चुक सकदे है इस ते ना उठ है गुर गुर बडेर ओ पेंदे उना नु किवें चुक सकदा पेंदा भावे जेड़ा मर्जी अपने आप नु कवे को आवे पर गुरु साहब भी गुरु साहब सन उना दा भी साढ़े सत मन भार सी ते घोड़े दा हिसाब ला लो किड्डा घोड़ा होवेगा जेड़ा महाराज सच्चे पातशाह नु चुकी फिरदा सी सो महाराज महाबली छेवें पातशाह नु सने घोड़े दे सने सतगुरु एदा उल्टाना चाहुंदा पेंदे खान पेंदा भी बड़ा नामी जोधा सी सूरमा सी बलवान सी ओ अपने बाहुबल दा चमत्कार दिखाना चाहुंदा तुरकां दी फौज नु खुश करन लई काले खान नु ते शाहजहान नु खुश करन लई ते अपना बदला लैण लई इस तरह उन्हें थल्यों दी पा के हाथ घोड़े दे उपरों दी पा के ते दोवें पासियों कंघी हत्थां दी मिला लई ते गुरु साहब नु दोवां गुरु साहब दे जिहड़े पट ने ਉਹ ਦੋਵੇਂ ਵਿੱਚ ਆ ਗਏ ਹਾਂਜੀ ਇੱਕ ਰਹੇ ਤਰੰਗ ਹਾਲਿਓ ਸੋਨਾ ਹੈ ਐਡਾ ਵੱਡਾ ਬਲੀ ਘੋੜਾ ਸੀ ਉਹਨੂੰ ਉੱਥੇ ਹੀ ਜਾਮ ਕਰ ਦਿੱਤਾ ਛੇਵੇਂ ਪਾਤਸ਼ਾਹ ਦਾ ਘੋੜਾ ਹਿੱਲ ਨਹੀਂ ਸਕਿਆ ਸੋ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾਣ ਲਿਆ ਵੀ ਹੁਣ ਸਾਨੂੰ ਫੜਨ ਲੱਗਾ ਹੈ ਮਹਾਰਾਜ ਨੇ ਘੋੜੇ ਨੂੰ ਛਡਾਉਣ ਦੇ ਲਈ ਯਤਨ ਕੀਤਾ ਕਿਉਂਕਿ ਉਹ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਮਹਾਰਾਜ ਛਡਾਉਣ ਦੀ ਕਰ ਰਹੇ ਸਨ ਹਾਂਜੀ ਤੇ ਗੁਰੂ ਸਾਹਿਬ ਨੇ ਨਾ ਫਿਰ ਦੋਵੇਂ ਰਕਾਬਾਂ ਜਿਹੜੀਆਂ ਨੇ ਨਾ ਉਹਨਾਂ ਦੀ ਅੱਡੀ ਘੋੜੇ ਨੂੰ ਮਾਰੀ ਵੀ ਘੋੜਾ ਉਛਲੇ ਜਦੋਂ ਉਛਲੇਗਾ ਤੇ ਇਹਦੀ ਬਾਹਾਂ ਦਾ ਜਿਹੜਾ ਜੀ ਪਕੜ ਹੈ ਉਹ ਖੁੱਲ ਜਾਏਗੀ ਬੜਾ ਬਲੀ ਘੋੜਾ ਚੰਚਲ ਘੋੜਾ ਹਵਾ ਨਾਲ ਉੱਡਣ ਵਾਲਾ ਗੱਲਾਂ ਕਰਨ ਵਾਲਾ ਘੋੜਾ ਸੀ ਕੋੜ ਤੁਰੰਗ ਕੁਰੰਗ ਸੇ ਕੁਦਰਤ ਪੌਣ ਕੇ ਕੌਣ ਕੋ ਜਾਤ ਨੇ ਮਾਰੇ ਇਹੋ ਜਿਹੇ ਘੋੜੇ ਜਿਹੜੇ ਹਵਾ ਨੂੰ ਵੀ ਪਿੱਛੇ ਛੱਡ ਜਾਣ ਉਹ ਘੋੜਾ ਸੀ ਮਹਾਰਾਜ ਦਾ ਪਰ ਸਾਧ ਸੰਗਤ ਜੀ ਹੈਰਾਨ ਹੋ ਜਾਓਗੇ ਤੁਸੀਂ ਗੁਰੂ ਸਾਹਿਬ ਦੋਵਾਂ ਅੱਡੀਆਂ ਨਾਲ ਅੱਡੀ ਮਾਰਦੇ ਤੇ ਪੈਂਦਾ ਘੋੜੇ ਨੂੰ ਹਿੱਲਣ ਨਹੀਂ ਦਿੰਦਾ ਇੰਨਾ ਬਲੀ ਪੈਂਦੇ ਖਾਨ ਗੁਰੂ ਸਾਹਿਬ ਮਹਾਰਾਜ ਦਾ ਘੋੜਾ ਉਹਨੇ ਉੱਥੇ ਹੀ ਜਾਮ ਕਰ ਦਿੱਤਾ ਘੋੜੇ ਨੂੰ ਪੈਰ ਵੀ ਅੱਗੇ ਨਹੀਂ ਵਧਣ ਦਿੱਤਾ ਇੰਨਾ ਜ਼ੋਰ ਨਾਲ ਪਕੜ ਲਿਆ ਘੋੜੇ ਨੂੰ ਘੋੜਾ ਚਾਰੇ ਪੈਰਾਂ ਤੇ ਉੱਥੇ ਹੀ ਖੜਾ ਰਹਿ ਗਿਆ ਗੁਰੂ ਸਾਹਿਬ ਦਾ ਘੋੜਾ ਬਹੁਤ ਬਲੀ ਸੀ ਬਹੁਤ ਤਾਕਤ ਵਾਲਾ ਸੀ ਉਹਦੇ ਬੜੀਆਂ ਨਿਹਾਰੀਆਂ ਦੇ ਕੇ ਖੁਰਾਕਾਂ ਦੇ ਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛਕਾ ਛਕਾ ਕੇ ਉਹਨੂੰ ਪਾਲਿਆ ਸੀ ਸਤਿਗੁਰਾਂ ਨੇ ਉਸ ਘੋੜਾ ਸਰੀਰਕ ਤੌਰ ਤੇ ਬੜਾ ਬਲੀ ਸੀ ਇਸ਼ਾਰਤ ਕਰੰਤ ਚਲ ਛਾਰ ਚਾਲ ਇਸ਼ਾਰਾ ਕਰਦੇ ਆ ਨਾ ਅੱਡੀ ਲਾਉਣ ਦੀ ਲੋੜ ਨਹੀਂ ਸੀ ਪੈਂਦੀ ਉਹ ਹਵਾ ਨਾਲ ਗੱਲਾਂ ਕਰਨ ਲੱਗ ਜਾਂਦਾ ਸੀ ਉਹ ਗੁਰੂ ਸਾਹਿਬ ਦੇ ਮਨ ਦੇ ਨਾਲ ਤੁਰਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਮਾੜੀ ਜੀ ਬਾਘ ਦੀ ਲਗਾਮ ਦੀ ਇਸ਼ਾਰਾ ਹੀ ਦਿੰਦੇ ਸੀ ਬਾਘਾਂ ਏਦਾਂ ਕਰਦੇ ਉਦਾਂ ਹੀ ਮੁੜ ਜਾਂਦਾ ਸੀ ਸੱਜੇ ਖੱਬੇ ਅੱਗੇ ਪਿੱਛੇ ਹੋ ਜਾਂਦਾ ਸੀ ਜਿਵੇਂ ਚਹਿਤ ਕਰਤ ਚਲ ਬੋ ਕਿਤ ਹਾਏ ਜਿਵੇਂ ਸਤਿਗੁਰੂ ਚਾਹੁੰਦੇ ਸੀ ਉਦਾਂ ਕਰਦਾ ਸੀ ਇਹੋ ਜਿਹਾ ਘੋੜਾ ਇਹੋ ਜਿਹਾ ਬਲੀ ਘੋੜਾ ਉਸ ਜ਼ਾਲਮ ਪੈਂਦੇ ਖਾਂ ਨੇ ਉੱਥੇ ਜਾਮ ਕਰਤਾ ਕਵੀ ਜੀ ਦੱਸ ਰਹੇ ਆ ਵੀ ਦੇਖੋ ਕਿੰਨੀ ਤਾਕਤ ਦਾ ਮਾਲਕ ਸੀਗਾ ਪੈਂਦੇ 'ਚ ਕਿੰਨੀ ਤਾਕਤ ਸੀ ਕਿ ਜਿਹੜਾ ਗੁਰੂ ਸਾਹਿਬ ਜੀ ਨੂੰ ਤੇ ਗੁਰੂ ਸਾਹਿਬ ਦੇ ਘੋੜੇ ਨੂੰ ਹਿੱਲਣ ਨਹੀਂ ਦਿੰਦਾ ਅਸ ਅਧਿਕ ਬਲੀ ਪਟ ਪੈਂਦ ਖਾਨ ਇਹੋ ਜਿਹਾ ਬਲੀ ਸੀ ਅਸ ਅਧਿਕ ਬਲੀ ਪਟ ਪੈਂਦ ਖਾਨ ਇਸ ਤਰ੍ਹਾਂ ਦਾ ਪੈਂਦੇ ਖਾਂ ਜਵਾਨ ਸੀਗਾ ਇੱਦਾਂ ਹੱਥ 'ਤੇ ਰੱਖ ਕੇ ਰੁਪਈਆ ਉਹਨੂੰ ਹੱਥ ਦੇ ਅੰਗੂਠੇ ਨਾਲ ਮਸਲਦੇ ਦੇ ਅਤੇ ਚਾਂਦੀ ਦੇ ਰੁਪਈਏ ਦੇ ਅੱਖਰ ਮਿਟਾ ਦਿੰਦਾ ਸੀ ਢਾਲ ਨੂੰ ਲੈ ਕੇ ਇੱਦਾਂ ਪਾੜ ਦਿੰਦਾ ਸੀ ਜਿਵੇਂ ਕਾਗਜ਼ ਪਾੜੀ ਦਾ ਹੈ ਦੋ ਝੋਟਿਆਂ ਨੂੰ ਪੜਾ ਕੇ ਫਿਰ ਸਿੰਘਾਂ ਤੋਂ ਫੜ ਕੇ ਇਉਂ ਧੱਕ ਦਿੰਦਾ ਸੀ ਅਤੇ ਉਹ ਝੋਟੇ ਮੁੜ ਕੇ ਉੱਧਰ ਆਉਣ ਦੀ ਜ਼ਰੂਰਤ ਨਹੀਂ ਸੀ ਕਰਦੇ ਇੰਨਾ ਉਹਦੇ 'ਚ ਜ਼ੋਰ ਸੀਗਾ ਹਾਂਜੀ ਗੁਰ ਲਖਿਓ ਤਰੰਗ ਨਹਿ ਚਲਨ ਦੀਨ ਆ ਛੇਵੇਂ ਪਾਤਸ਼ਾਹ ਦਾ ਘੋੜਾ ਜਾਮ ਕਰ ਦਿੱਤਾ ਗੁਰੂ ਸਾਹਿਬ ਜਾਣ ਗਏ ਵੀ ਘੋੜੇ ਦਾ ਜ਼ੋਰ ਲੱਗ ਗਿਆ ਇਹ ਹੁਣ ਘੋੜੇ ਨੂੰ ਉਲਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨੇ ਜ਼ੋਰ ਪਾ ਲਿਆ ਘੋੜੇ ਨੂੰ ਵਸ ਕਰ ਲਿਆ ਘੋੜੇ ਨੂੰ ਕਾਬੂ ਕਰ ਲਿਆ ਸਾਡੇ ਨੂੰ ਅਤੇ ਸਾਡੇ ਚਰਨ ਵੀ ਗੁਰੂ ਸਾਹਿਬ ਦੀਆਂ ਦੋਵੇਂ ਹੀ ਲੱਤਾਂ ਗੋਡੇ ਜਿਹੜੇ ਨੇ ਵਿੱਚ ਉਹਦੀ ਪਕੜ ਦੇ ਆ ਗਏ ਨੇ ਖਰ ਖੜਗ ਪ੍ਰਹਾਰ ਸੋ ਲਗ ਹੈ ਨਾ ਹੈ ਇੱਧਰ ਤਲਵਾਰ ਹੈ ਇੱਧਰ ਪੈਂਦੇ ਖਾਨ ਹੁਣ ਇੱਥੋਂ ਵਾਰ ਮਾਰਦੇ ਲੱਗਦਾ ਨਹੀਂ ਬਿਲਕੁਲ ਨੇੜੇ ਜੋ ਆ ਗਿਆ ਤਲਵਾਰ ਉਹਨੂੰ ਮਾਰਨ ਕਿਵੇਂ ਤਲਵਾਰ ਦਾ ਵਾਰ ਕਰਨ ਜੋਗੀ ਥਾਂ ਨਹੀਂ ਬਚੀ ਹਾਂਜੀ ਦਿਸ਼ ਬਾਮ ਬਿਖੈ ਅਤਿ ਨਿਕਟ ਆਹੇ ਬਿਲਕੁਲ ਖੱਬੇ ਪੱਟ ਦੇ ਨਾਲ ਤਾਂ ਚਿਮੜਿਆ ਹੋਇਆ ਉੱਤੋਂ ਦੀ ਉਹਨੇ ਹੱਥ ਪਾਇਆ ਹੋਇਆ ਦੂਜਾ ਹੱਥ ਉਹਦਾ ਅਗਲੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਆ ਵੀ ਪੈਂਦੇ ਖਾਂ ਨੂੰ ਤਲਵਾਰ ਨਾਲ ਮਾਰਿਆ ਨਹੀਂ ਜਾ ਸਕਦਾ ਸਤਿਗੁਰੂ ਸੋਚਦੇ ਹੁਣ ਸਮਾਂ ਇਹਦਾ ਆ ਗਿਆ ਮਾਰਨਾ ਤਾਂ ਹੁਣ ਇਹਨੂੰ ਪੈਣਾ ਹੁਣ ਕਿਹੜੇ ਪਾਸਿਓਂ ਮਾਰੀਏ ਕਿਹੜੇ ਯਤਨ ਨਾਲ ਕਿਹੜੇ ਵਾਰ ਨਾਲ ਖਤਮ ਕਰੀਏ ਇਹਨੂੰ ਜੰਗ ਦੇ ਮੈਦਾਨ 'ਚ ਰੱਖੀਏ ਫਿਰ ਮਹਾਰਾਜ ਖੱਬੇ ਹੱਥ ਵਿੱਚ ਭਾਰਾ ਢਾਲਾ ਸੀਗਾ ਜਿਹਦਾ ਫੁੱਲਾਂ ਦਾ ਹੀ ਪੰਜ ਸੇਰ ਭਾਰ ਸੀ ਕਰ ਕੋ ਉਠਾਏ ਕਰ ਬਲ ਵਿਸਾਲ ਮਹਾਰਾਜ ਨੇ ਏਦਾਂ ਫਿਰ ਉੱਪਰ ਨੂੰ ਢਾਲਾ ਉਛਾਲਿਆ ਫਿਰ ਜ਼ੋਰ ਨਾਲ ਮਹਾਰਾਜ ਨੇ ਢਾਲਾ ਜਿਹੜਾ ਨਾ ਉਹ ਪੈਂਦੇ ਦੇ ਸਿਰ 'ਚ ਮਾਰਿਆ ਗੁਰੂ ਜੀ ਦੇ ਖੱਬੇ ਹੱਥ ਦੀ ਸੱਟ ਢਾਲ ਦੀ ਜਦੋਂ ਸਿਰ 'ਚ ਵੱਜੀ ਤੇ ਸਾਧ ਸੰਗਤ ਜੀ ਉਸ ਵੇਲੇ ਫਿਰ ਚੱਕਰ ਖਾ ਗਿਆ ਦਿਮਾਗ ਪੈਂਦੇ ਦਾ ਕਹਿੰਦੇ ਉਹਦੇ ਕੋਲੋਂ ਉਹ ਜਿਹੜੀ ਪਕੜ ਸੀ ਨਾ ਉਹਦੀ ਜਿਹੜੀ ਘੋੜੇ ਨੂੰ ਉਹਨੇ ਗ੍ਰਿਪ ਪਾਇਆ ਹੋਇਆ ਸੀ ਉਹ ਛੁੱਟ ਗਿਆ
ਤੇ ਇਦਾਂ ਝੂਮਣ ਲੱਗ ਪਿਆ ਜਿਵੇਂ ਕਿਸੇ ਨੇ ਨਸ਼ਾ ਕੀਤਾ ਹੁੰਦਾ। ਸਿਰ ਦੀ ਸੱਟ ਲੱਗਦੀ ਨਾ ਜਦੋਂ, ਉਦੋਂ ਚੱਕਰ ਆਉਂਦਾ। ਇਦਾਂ ਪੈਂਦੇ ਨੂੰ ਚੱਕਰ ਆਇਆ ਤੇ ਝੂਮ ਝੂਮ ਕੇ ਗਿਰ ਪਰੇ ਭੂਮ ਬਹੁ ਝੂਮ ਝੂਮ, ਤਿੰਨ ਚਾਰ ਪੁਹਾਟਣੀਆਂ ਖਾ ਕੇ ਨਾ ਸੰਭਲਣ ਦੀ ਕੋਸ਼ਿਸ਼ ਕੀਤੀ ਪਰ ਸੰਭਲਿਆ ਨਹੀਂ ਗਿਆ। ਪੈਂਦਾ ਜ਼ਮੀਨ ਤੇ ਝੂਮ ਕੇ ਡਿੱਗ ਪਿਆ। ਡਿੱਗਣ ਲੱਗਾ ਗੋਡਿਆਂ ਦੇ ਭਾਰ ਡਿੱਗਾ ਗਾ ਨੂੰ, ਇਕਦਮ ਨਹੀਂ ਡਿੱਗਾ, ਗੋਡੇ ਪਹਿਲਾਂ ਜ਼ਮੀਨ ਤੇ ਗੋਡੇ ਲੱਗੇ ਤੇ ਫਿਰ ਡਿੱਗਾ ਥੱਲੇ। ਛਿਤ ਪਰ ਸੋ ਪਰਿਓ ਮੁਰਛਾ ਵਿਸਾਲ, ਬੇਹੋਸ਼ ਹੋ ਕੇ ਜ਼ਮੀਨ ਤੇ ਮੂਰਛਿਤ ਹੋ ਕੇ ਪੈ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੇਖਿਆ ਪੈਂਦਾ ਪਸੀਨੋ ਪਸੀਨੀ ਹੋ ਗਿਆ, ਜ਼ਮੀਨ ਤੇ ਲਿਟ ਗਿਆ। ਸਦ ਬਿਨਾ ਪਹਿਓ ਨਹਿ ਕੀਨ ਵਾਰ, ਮਹਾਰਾਜ ਹੁਣ ਚਾਹੁੰਦੇ ਤਾਂ ਇੱਕੋ ਵਾਰ ਨਾਲ ਟੁੱਟੇ ਦੋ ਕਰ ਦਿੰਦੇ, ਪਰ ਮਹਾਰਾਜ ਕਹਿੰਦੇ ਬੇਹੋਸ਼ ਉੱਤੇ ਵੀ ਵਾਰ ਨਹੀਂ ਕਰੀਦਾ, ਡਿੱਗੇ ਉੱਤੇ ਵਾਰ ਨਹੀਂ ਕਰੀਦਾ, ਭੱਜੇ ਜਾਂਦੇ ਤੇ ਵਾਰ ਨਹੀਂ ਕਰੀਦਾ, ਹੱਥੇ ਤੇ ਵਾਰ ਨਹੀਂ ਕਰੀਦਾ। ਆਹਾ ਹਾ ਮਰਜ਼ਾਦਾ ਪੁਰਸ਼ੋਤਮ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪੈਂਦੇ ਨੂੰ ਬੇਹੋਸ਼ੀ ਦੀ ਹਾਲਤ 'ਚ ਮਾਰ ਸਕਦੇ ਸੀ, ਨਹੀਂ ਮਾਰਿਆ। ਸਤਿਗੁਰੂ ਵੀ ਆਪਣਾ ਘੋੜਾ ਛੱਡ ਕੇ ਜ਼ਮੀਨ 'ਤੇ ਆ ਗਏ, ਕਹਿੰਦੇ ਇਹ ਪੈਦਲ ਹੈ ਅਤੇ ਇਹਨੂੰ ਪੈਦਲ ਹੀ ਮਾਰਾਂਗੇ। ਹੁਣ ਧਰਮ ਚੀਨ, ਧਰਮ ਦੀ ਜੋ ਮਰਜ਼ਾਦਾ ਹੈ ਜੰਗ ਦੇ ਮੈਦਾਨ ਵਿੱਚ, ਹੱਥੇ ਨੂੰ ਨਹੀਂ ਮਾਰਨਾ, ਬੇਹੋਸ਼ ਨੂੰ ਨਹੀਂ ਮਾਰਨਾ, ਡਿੱਗੇ ਪਏ ਨੂੰ ਨਹੀਂ ਮਾਰਨਾ। ਗੁਰੂ ਸਾਹਿਬ ਧਰਮ ਜਾਣ ਕੇ ਧਰਤੀ 'ਤੇ ਆ ਗਏ। ਪੰਜਾਂ ਸੱਤਾਂ ਮਿੰਟਾਂ ਬਾਅਦ ਪੈਂਦੇ ਨੂੰ ਹੋਸ਼ ਆਏ। ਪੈਂਦੇ ਦਾ ਜਿਹੜਾ ਦਿਮਾਗ ਦਾ ਚੱਕਰ ਕੁਝ ਘਟਿਆ, ਕੁਝ ਦਿਮਾਗ ਠੀਕ ਹੋਇਆ। ਜਦੋਂ ਸਾਹਮਣੇ ਮਹਾਰਾਜ ਖੜ੍ਹੇ ਹੋਏ ਨਜ਼ਰੀ ਆਏ, ਦੋਹੇ ਦਿਸ਼ਣ ਸੈਨ ਕੇ ਭਿਖ ਤਬੀਰ, ਦੋਵਾਂ ਪਾਸਿਆਂ ਫੌਜਾਂ ਦੇ ਲੋਕ ਦੇਖ ਰਹੇ ਨੇ। ਗੁਰੂ ਮਹਾਰਾਜ ਦਾ ਜੋ ਪਰਿਵਾਰ ਹੈ, ਪੂਜਨੀਕ ਮਾਤਾ ਨਾਨਕੀ ਜੀ, ਮਾਤਾ ਮਰਵਾਈ ਜੀ, ਚੜ੍ਹ ਤੰਗ ਅਟਾਰਨ ਤਾਤਕਾਲ, ਮਾਤਾ ਖੇਮ ਕੌਰ, ਮਾਤਾ ਨੰਤੀ, ਮਾਤਾ ਗੁਜਰੀ, ਇਹ ਸਾਰੀਆਂ ਮਾਈਆਂ ਨਗਰ ਦੀਆਂ ਹੋਰ ਬੀਬੀਆਂ ਕੋਠਿਆਂ ਤੋਂ ਚੜ੍ਹ ਕੇ ਜੰਗ ਦੇਖ ਰਹੀਆਂ ਨੇ। ਚੌਖਿਆਂ ਚੋਂ, ਛੱਤਾਂ ਚੋਂ, ਚੁਬਾਰਿਆਂ ਚੋਂ ਸਾਰਾ ਪਿੰਡ ਦੇਖ ਰਿਹਾ ਕਰਤਾਰਪੁਰ ਕਿ ਗੁਰੂ ਸੁੱਖ ਰੱਖੇ, ਬੜਾ ਭਿਆਨਕ ਮੁਕਾਬਲਾ ਹੋ ਰਿਹਾ ਹੈ। ਸ਼੍ਰੀ ਗੁਰਮਨਾਏ ਧਰ ਘਰ ਵਿਸਾਸ, ਮਾਤਾ ਨਾਨਕੀ, ਮਾਤਾ ਗੁਜਰੀ, ਮਾਤਾ ਮਰਵਾਈ ਸਾਰੀਆਂ ਅਰਦਾਸ ਕਰ ਰਹੀਆਂ, ਹੇ ਗੁਰੂ ਨਾਨਕ ਮਿਹਰ ਕਰੀ, ਤਰਸ ਕਰੀ, ਬੜਾ ਭਿਆਨਕ ਸਮਾਂ ਆਇਆ ਹੈ। ਸ਼੍ਰੀ ਨਾਨਕ ਆਦਿ ਹੋ ਬਹੁ ਸਹਾਏ, ਹੇ ਗੁਰੂ ਨਾਨਕ ਦੇਵ ਜੀ, ਹੇ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਮਹਾਰਾਜ, ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਹੇ ਗੁਰੂ ਅਰਜਨ ਦੇਵ ਜੀ, ਕਿਰਪਾ ਕਰੋ ਸਹਾਈ ਹੋਵੋ। ਤੁਰਕਾਂ ਦੀ ਇੰਨੀ ਫੌਜ ਚਿੜੀ ਦਲ ਚੜ੍ਹ ਕੇ ਆਇਆ, ਇਹ ਤੋਂ ਬਚਾ ਲਓ ਸੱਚੇ ਪਾਤਸ਼ਾਹ, ਆਪਣੇ ਸੇਵਕਾਂ ਦੀ ਰੱਖਿਆ ਕਰੋ। ਕਰਤਾਰਪੁਰ ਸਾਹਿਬ ਦੀਆਂ ਹੋਰ ਗੁਰਸਿੱਖ ਬੀਬੀਆਂ ਵੀ ਚਿੰਤਾ 'ਚ ਖੜੀਆਂ ਦੇਖ ਰਹੀਆਂ ਨੇ। ਬਨ ਕਨ ਸਮੇਤ ਭਿਖ ਤਾਤਕਾਲ, ਪਿੰਡ ਦੇ ਦੁਕਾਨਦਾਰ ਵੀ ਵਿਚਾਰੇ ਵੇਖ ਰਹੇ ਨੇ ਵੀ ਇਹ ਹੁਣ ਪਿੰਡ ਦਾ ਬਣੇਗਾ ਕੀ, ਇੰਨੀ ਫੌਜ ਦੁਸ਼ਮਣ ਦੀ ਆ ਗਈ ਹੈ, ਜੇ ਕਿਤੇ ਗੁਰੂ ਸਾਹਿਬ ਨੂੰ ਕੋਈ ਨੁਕਸਾਨ ਪਹੁੰਚਿਆ ਅਤੇ ਇਹ ਤੁਰਕ ਤਾਂ ਸਾਨੂੰ ਮਾਰ ਦੇਣਗੇ, ਲੁੱਟ ਲੈਣਗੇ, ਇਹ ਗੁਰੂ ਸਾਹਿਬ ਹੀ ਹੁਣ ਸਾਨੂੰ ਬਚਾ ਸਕਦੇ ਹੈ। ਅਤੇ ਗੁਰੂ ਨਾਨਕ ਦੇਵ ਜੀ ਵੀ ਗੁਰੂ ਸਾਹਿਬ ਨੂੰ ਕੁਝ ਨਾ ਹੋਵੇ, ਇਹ ਸਾਰੇ ਅਰਦਾਸਾਂ ਕਰ ਰਹੇ ਨੇ। ਅਤ ਤਰਾਸ ਪਾਏ ਥਰ ਹਰ ਕਰੰਤ, ਸਾਰਾ ਪਿੰਡ ਕਰਤਾਰਪੁਰ, ਬੀਬੀਆਂ ਬੱਚੇ ਡਰ ਕੇ ਥਰ ਥਰ ਕੰਬ ਰਹੇ ਨੇ, ਪਰਮਾਤਮਾ ਨੂੰ, ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਆਰਾਧ ਰਹੇ ਨੇ, ਯਾਦ ਕਰ ਰਹੇ ਨੇ ਵੀ ਇਸ ਜੰਗ ਵਿੱਚ ਗੁਰੂ ਦੀ ਫਤਿਹ ਹੋਵੇ। ਹੇ ਗੁਰੂ ਨਾਨਕ ਦੇਵ ਮਹਾਰਾਜ, ਰਾਜਿਆਂ ਦੇ ਰਾਜੇ ਪਰਮੇਸ਼ਰ ਦੀ ਸਾਡੀ ਲਾਜ ਰੱਖ ਲਓ। ਤੁਰਕਾਂ ਹਨ ਕਹਿ ਜਾਹੀ ਪਹਾਜ, ਤੁਰਕਾਂ ਦੀ ਫੌਜ ਜਿਹੜੀ ਚੜ੍ਹ ਕੇ ਆਈ ਹੈ, ਮਹਾਰਾਜ ਉੱਤਰ ਕੇ ਜਾਵੇ, ਇਹਨਾਂ ਨੂੰ ਭਾਜੜਾ ਪਾ ਦਿਓ। ਸਾਰੇ ਲੋਕਾਂ ਦੇ ਦਿਲ ਦੀ ਅਰਦਾਸ ਸੁਣ ਕੌਣ ਰਹੇ ਨੇ? ਛੇਵੇਂ ਪਾਤਸ਼ਾਹ, ਅਰਦਾਸਾਂ ਉੱਧਰ ਹੋ ਰਹੀਆਂ ਨੇ, ਗੁਰੂ ਸਾਹਿਬ ਸਭ ਦੇ ਦਿਲ ਦੀ ਜਾਣਦੇ ਨੇ। ਤਪਤ ਤੇਜ ਬਿਧ ਤਿਓ ਮਹਾਨ, ਉਧਰੋਂ ਸੂਰਜ ਜਿਹੜਾ ਨਾ ਦੁਪਹਿਰ ਆਇਆ ਸਿਖਰ ਤੇ ਆ ਗਿਆ। ਗਰਮੀ ਦੀ ਰੁੱਤ ਸੀਗੀ, ਜੇਠ ਹਾੜ ਦਾ ਮਹੀਨਾ ਸੀ, ਬੜੀ ਕਹਿਰ ਦੀ ਗਰਮੀ ਪੈ ਰਹੀ ਸੀ। ਮਹਾਰਾਜ ਤੁਰਕਾਂ ਦਾ ਨਾਸ਼ ਕਰਨ ਲਈ ਯਤਨ ਕੀਤਾ ਹੈ। ਤਬ ਖਰੋ ਪਹਿਓ ਪੈਂਦਾ ਸੁਚੀਨ, ਇਹ ਪੈਂਦੇ ਨੂੰ ਹੋਸ਼ ਆ ਗਈ ਤੇ ਪੈਂਦਾ ਖੜਾ ਹੋ ਗਿਆ। ਗਰਜ ਕੇ ਬੋਲੇ ਮਹਾਰਾਜ ਛੇਵੇਂ ਪਾਤਸ਼ਾਹ, ਕਹਿੰਦੇ ਸੁਣ ਰੇ ਪਠਾਨ, ਓਏ ਪਠਾਨ ਪੁੱਤਰ ਸੁਣ, ਦੇਖ ਤੂੰ ਤਿੰਨ ਵਾਰ ਪਹਿਲਾਂ ਕਰ ਲੈ, ਤੂੰ ਚਾਰ ਹੀ ਕਰ ਲੈ ਤੇ ਹੁਣ ਵਾਰੀ ਮੇਰੀ ਹੈ, ਹੁਣ ਸਾਵਧਾਨ ਹੋ ਜਾ, ਹੁਣ ਵਾਰ ਮੈਂ ਕਰਾਂਗਾ, ਅਸੀਂ ਕਰਾਂਗੇ ਤੇ ਤੂੰ ਸਾਡਾ ਵਾਰ ਝੱਲ ਕੇ ਵਿਖਾਈ। ਕਰ ਲੀਨ ਤੀਨ ਤੈਂ ਬਲ ਲਗਾਏ, ਤਿੰਨ ਵਾਰ ਕਰ ਲੈ ਨੇ ਜ਼ੋਰ ਲਾ ਕੇ। ਤਬ ਪੈਂਦ ਖਾਨ ਬੋਲਿਓ ਰਸਾਏ, ਅੱਗੋਂ ਪੈਂਦੇ ਖਾਂ ਫੇਰ ਗੁੱਸੇ ਨਾਲ ਬੋਲਿਆ। ਇੰਨੀ ਉਹਨੂੰ ਆਪਣੇ ਆਪ ਤੇ ਵਿਸ਼ਵਾਸ ਸੀ, ਕਹਿਣ ਲੱਗਾ ਤੁਸੀਂ ਵਾਰ ਕਰੋਗੇ ਕਦੋਂ? ਮੈਂ ਤੁਹਾਨੂੰ ਵਾਰ ਕਰਨ ਹੀ ਨਹੀਂ ਦੇਣਾ, ਮੈਂ ਤੇ ਆਇਆ ਸਮਝੋ ਤੁਹਾਨੂੰ ਜੱਫੀ ਪਾ ਕੇ, ਵਾਰ ਕਦੋਂ ਕਰੋਗੇ? ਮੈਂ ਤਾਂ ਆਇਆ ਤੇ ਤੁਹਾਨੂੰ ਪਾ ਕੇ ਜੱਫੀ ਚੁੱਕ ਕੇ ਲੈ ਜਾਵਾਂਗਾ। ਐਤਕੀ ਮੈਂ ਜੱਫੀ ਪਾ ਲਈ, ਹੁਣ ਤਾਂ ਛੁੱਟ ਨਹੀਂ ਸਕਦੇ, ਘੋੜੇ ਤੋਂ ਤੁਸੀਂ ਮੈਨੂੰ ਢਾਲ ਮਾਰ ਕੇ ਛੁੱਟ ਗਏ ਹੋ, ਹੁਣ ਤੁਸੀਂ ਕਿਵੇਂ ਛੁੱਟੋਗੇ? ਹੁਣ ਤੁਸੀਂ ਜ਼ਮੀਨ 'ਤੇ ਆ ਗਏ ਹੋ। ਇਹਨਾਂ ਡੌਲਿਆਂ ਨਾਲ ਫੜ ਕੇ
ਇਹਨਾਂ ਬਾਹਾਂ ਨਾਲ ਜੱਫੀ ਪਾ ਕੇ ਚੁੱਕ ਕੇ ਲੈ ਜਾਵਾਂਗਾ ਕਰ ਲੈ ਜਾ ਓਜ ਤੈ ਹੋ ਨਾ ਜਾਨ ਇਹ ਗੁਰੂ ਹਰਗੋਬਿੰਦ ਸਾਹਿਬ ਜਿੰਨਾ ਕਿ ਤੁਹਾਡੇ ਤੇ ਜ਼ੋਰ ਹੈ ਲਾ ਲਓ ਹੁਣ ਮੈਂ ਤੁਹਾਨੂੰ ਜਿਉਂਦਾ ਨਹੀਂ ਛੱਡਾਂਗਾ ਮੇਰੇ ਕੋਲੋਂ ਘੋੜਾ ਤੇ ਤੁਹਾਡਾ ਛੁਡਾ ਲਿਆ ਤੁਸੀਂ ਪੈਂਦਾ ਫੇਰ ਨਾ ਆਪਣੀ ਹਰਕਤ ਤੋਂ ਬਾਜ ਆਇਆ ਪੰਜਵਾਂ ਵਾਰ ਸਮਝੋ ਕਰਨ ਲੱਗਾ ਭਾਵ ਜੱਫੀ ਪਾਉਣ ਲਈ ਏਦਾਂ ਜਿਵੇਂ ਕਰਦੇ ਨਾ ਪਹਿਲਵਾਨ ਆ ਕੇ ਤੇ ਫੜ ਲੈਂਦੇ ਏਦਾਂ ਆ ਕੇ ਮਹਾਰਾਜ ਨੂੰ ਉਹ ਦਾ ਨਾਲ ਜੱਫੀ ਪਾਣੀ ਚਾਹੁੰਦਾ ਸੀ ਤੇ ਛੇਵੇਂ ਪਾਤਸ਼ਾਹ ਦੇ ਨੇਤਰ ਲਾਲ ਹੋ ਗਏ ਮਹਾਰਾਜ ਪੈਂਤੜਾ ਲੈ ਕੇ ਉਹਦੇ ਕੋਲ ਜਾ ਪਹੁੰਚੇ ਤੇ ਉਹ ਵੀ ਪੈਂਤੜਾ ਲਈ ਜਾਂਦਾ ਹੈ ਹੱਥ ਵਿੱਚ ਢਾਲ ਹੈ ਉਹਦੇ ਤੇ ਗੁਰੂ ਸਾਹਿਬ ਦਾ ਵਾਰ ਰੋਕਣਾ ਚਾਹੁੰਦਾ ਹੈ ਗੁਰ ਚਾਹਤ ਇੱਕ ਹੀ ਵਾਰ ਸੰਗ ਤੇ ਮਹਾਰਾਜ ਚਾਹੁੰਦੇ ਆ ਵੀ ਵਾਰ ਇੱਕੋ ਹੀ ਮਾਰ ਨਾ ਪਵੇ ਦੂਜਾ ਵਾਰ ਕਰਿਆ ਸਵਾਦ ਨਹੀਂ ਆਉਂਦਾ ਕਹਿੰਦੇ ਹਾਂਜੀ ਚੀਰ ਹੈ ਸਰੀਰ ਕਰ ਪ੍ਰਾਣ ਭੰਗ ਮਹਾਰਾਜ ਕਹਿੰਦੇ ਇੱਕੋ ਵਾਲ ਚੀਰ ਕੇ ਸੁੱਟਾਂਗੇ ਹੁਣ ਉਧਰੋਂ ਪੈਂਦੇ ਖਾਂ ਇਹ ਇੱਛਾ ਲੈ ਕੇ ਵੀ ਗੁਰੂ ਸਾਹਿਬ ਨੂੰ ਮੈਂ ਜੱਫੀ ਚ ਲੈਣਾ ਤੇ ਚੁੱਕ ਕੇ ਲੈ ਜਾਣਾ ਗੁਰ ਕਹੋ ਅਭੈ ਕੌਰੀ ਮਝਾਰ ਮੈਂ ਗੁਰੂ ਨੂੰ ਕੌਰੀ ਕੌਰੀ ਕਹਿੰਦੇ ਨੇ ਜੱਫੀ ਨੂੰ ਮੈਂ ਗੁਰੂ ਨੂੰ ਜੱਫੀ ਪਾ ਕੇ ਕੌਰੀ ਭਰ ਕੇ ਲੈ ਜਾਣਾ ਲੈ ਚੱਲਾਂ ਮੈਂ ਆਪਣੀਆਂ ਫੌਜਾਂ ਚ ਖਿੱਚ ਕੇ ਤੇ ਕੋਈ ਛੁਡਾ ਨਹੀਂ ਸਕੇਗਾ ਦਲ ਖਰੇ ਮਹਿਤ ਸਭ ਧਾਏ ਆਏ ਜਿੰਨੀਆਂ ਸਾਡੀਆਂ ਫੌਜਾਂ ਪਿੱਛੇ ਖੜੀਆਂ ਨੇ ਇੱਕਦਮ ਆ ਜਾਣਗੀਆਂ ਫਿਰ ਸਾਰੇ ਸਿੱਖਾਂ ਨੂੰ ਮਾਰ ਦਿਆਂਗੇ ਇਹ ਵਿੱਚ ਤਰ੍ਹਾਂ ਸੋਚ ਕੇ ਨਾ ਉਹਨੇ ਆਪਣੀ ਢਾਲ ਵੀ ਸੁੱਟ ਦਿੱਤੀ ਵੀ ਢਾਲ ਵੀ ਜਦੋਂ ਮੈਂ ਇੱਦਾਂ ਢਾਲ ਮੇਰੇ ਹੱਥ 'ਚ ਹੋਵੇਗੀ ਤੇ ਫਿਰ ਮੈਂ ਜੱਫੀ ਕਿਵੇਂ ਪਾਵਾਂਗਾ ਹੱਥ 'ਚ ਪੜੀ ਨਾ ਹੱਥ ਖਾਲੀ ਕਰ ਲਏ ਪੈਂਦੇ ਖਾਂ ਨੇ ਦੋਵੇਂ ਹੀ ਬੜੀ ਫੁਰਤੀ ਨਾਲ ਗੁਰੂ ਸਾਹਿਬ ਨੂੰ ਜੱਫੀ ਪਾਉਣ ਲੱਗਾ ਗੁਰੂ ਸਾਹਿਬ ਜੀ ਮੌਕਾ ਪਾ ਕੇ ਤੇ ਬਿਜਲੀ ਤਰ੍ਹਾਂ ਲਿਸ਼ਕਦੀ ਤੇਗ ਉੱਪਰ ਵਾਰ ਲਈ ਮਹਾਰਾਜ ਨੇ ਬਲ ਦੇ ਨਾਲ ਵਾਰ ਕੇ ਉਹਦੇ ਸੀਸ ਤੇ ਮੋਢੇ ਤੋਂ ਮਾਰਿਆ ਤੇ ਵੱਖੀ ਤੱਕ ਚੀਰ ਕੇ ਲੰਘ ਗਿਆ ਕਲਵਤਰ ਮਨੋ ਲੈ ਕੇ ਤਰਖਾਨ ਕਹਿੰਦੇ ਜਿਵੇਂ ਕਿਸੇ ਤਰਖਾਨ ਨੇ ਆਰਾ ਲੈ ਕੇ ਜਿਮ ਕਰਤ ਦੋਏ ਕਾ ਛਟ ਮਹਾਨ ਲੱਕੜ ਚੀਰ ਦਿੱਤੀ ਹੋਵੇ ਜਿਵੇਂ ਲੱਕੜ ਨੂੰ ਆਰੇ ਨਾਲ ਸਾਫ਼ ਚੀਰ ਦਿੰਦੇ ਆ ਨਾ ਤਰਖਾਨ ਏਦਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਤੇਗ ਦੇ ਵਾਰ ਨਾਲ ਪੈਂਦਾ ਖਾਨ ਚੀਰ ਦਿੱਤਾ ਸਾਬਣ ਬਣਾਉਣ ਵਾਲਿਆਂ ਕੋਲ ਲੋਹੇ ਦੀ ਇੱਕ ਤਾਰ ਹੁੰਦੀ ਹੈ ਉਹ ਸਾਬਣ ਨੂੰ ਕੱਟਦੇ ਨੇ ਜਿਵੇਂ ਸਾਬਣ ਦੀਆਂ ਟਿੱਕੀਆਂ ਬਣਾਉਂਦੇ ਨਾ ਪੁਰਾਣੇ ਜ਼ਮਾਨੇ 'ਚ ਹੁਣ ਤਾਂ ਉਹ ਕੱਪੜੇ ਧੋਣ ਵਾਲੀਆਂ ਸਾਬਣਾਂ ਦੇਸੀ ਸਾਬਣ ਕਹਿੰਦੇ ਉਹਦੀਆਂ ਇਕੱਠੀ ਕਰਕੇ ਗਾਚੀਆਂ ਤੇ ਫਿਰ ਉਹ ਤਾਰ ਨਾ ਕੱਟਦੇ ਹੁੰਦੇ ਸੀ ਜਦ ਗਿਰਨ ਲਾਗ ਕਹਿ ਗੁਰ ਉਦਾਰ ਜਦੋਂ ਪੈਂਦਾ ਦੋ ਟੋਟੇ ਹੋ ਕੇ ਡਿੱਗਣ ਲੱਗਾ ਤੇ ਛੇਵੇਂ ਪਾਤਸ਼ਾਹ ਬੋਲੇ ਕਹਿਣ ਲੱਗੇ ਪੈਂਦੇ ਖਾਨ ਆਪਣੇ ਖੁਦਾ ਦਾ ਅੱਲਾ ਦਾ ਨਾਂ ਲੈ ਕਲਮਾ ਪੜ ਲੈ ਜਦੋਂ ਪੈਂਦਾ ਡਿੱਗਣ ਲੱਗਾ ਜ਼ਮੀਨ ਤੇ ਦੋ ਫਾੜ ਹੋ ਗਿਆ ਸਰੀਰ ਖੰਡਾ ਵਿੱਚੋਂ ਲੰਘ ਗਿਆ ਛੇਵੇਂ ਪਾਤਸ਼ਾਹ ਕਹਿੰਦੇ ਖਾਨਾ ਕਲਮਾ ਪੜ ਲੈ ਤੇ ਅੱਗੋਂ ਪੈਂਦਾ ਕੀ ਕਹਿੰਦਾ ਹੇ ਮਹਾਰਾਜ ਆ ਜਿਹੜੀ ਤੁਹਾਡੀ ਤਲਵਾਰ ਹੈ ਤੁਹਾਡੇ ਹੱਥ ਦੀ ਕਿਰਪਾਨ ਹੈ ਭਈ ਰੂਪ ਕਲਮਾ ਅਬ ਹੈ ਮੇਰੇ ਵਾਸਤੇ ਇਹੀ ਕਲਮਾ ਹੈ ਗਿਆਨ ਹੋ ਗਿਆ ਸਾਧ ਸੰਗਤ ਜੀ ਗੁਰੂ ਘਰ ਇੱਕ ਦਿਨ ਵੀ ਕੋਈ ਆਇਆ ਹੋਵੇ ਨਾ ਉਹਦੇ ਤੇ ਵੀ ਕਿਰਪਾ ਹੋ ਜਾਂਦੀ ਹੈ ਇਹ ਤਾਂ ਮਹਾਰਾਜ ਦਾ ਪੁੱਤਰ ਬਣਿਆ ਹੋਇਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਮਾ ਪੜ ਲੈ ਕਹਿੰਦਾ ਮਹਾਰਾਜ ਤੁਹਾਡੇ ਹੱਥ ਦੀ ਤਲਵਾਰ ਹੀ ਮੇਰੇ ਲਈ ਕਲਮਾ ਹੈ ਕਰੀਏ ਮੋਹੇ ਉਧਾਰ ਮੇਰਾ ਉਧਾਰ ਕਰ ਦਿਓ ਸੱਚੇ ਪਾਤਸ਼ਾਹ ਜੀ ਦੋਹਰਾ ਪੈਂਦ ਖਾਨ ਚਬ ਦੀਨ ਹੋਵੇ ਜਦੋਂ ਪੈਂਦੇ ਖਾਨ ਨਿਮਾਣਾ ਹੋ ਕੇ ਕੀਨਸ ਬਾਕ ਬਖਾਨ ਏਦਾਂ ਬੋਲਿਆ ਸ੍ਰੀ ਗੁਰ ਤੁਮਰੇ ਹੱਥ ਕੀ ਹੇ ਸਤਿਗੁਰੂ ਜੀ ਤੁਹਾਡੇ ਹੱਥ ਦੀ ਮਿਸਰੀ ਕਲਮਾ ਜਾਨ ਜਿਹੜੀ ਮਿਸਰੀ ਹੈ ਮਿਸਰੀ ਤਲਵਾਰ ਨੂੰ ਕਹਿੰਦੇ ਮਿਸਰ ਦੀ ਬਣੀ ਹੋਵੇ ਮਿਸਰ ਦੇਸ਼ ਦੀ ਜਿਹੜੀ ਕਿਰਪਾਨ ਹੁੰਦੀ ਉਹਨੂੰ ਮਿਸਰੀ ਕਹਿੰਦੇ ਆ ਹਲਬਦੀ ਨੂੰ ਹਲਬੀ ਜਨਬਦੀ ਨੂੰ ਜਨਬੀ ਸਰੋਹਦੀ ਨੂੰ ਸਰੋਹੀ ਗੁਜਰਾਤ ਦੀ ਨੂੰ ਗੁਜਰਾਤੀ ਇਹਦਾ ਜਿਹੜੀ ਮਿਸਰ ਦੀ ਬਣੀ ਹੋਵੇ ਉਹਨੂੰ ਮਿਸਰੀ ਕਹਿੰਦੇ ਸ੍ਰੀ ਗੁਰੂ ਤੁਮਰੇ ਪਾਨ ਕੀ ਮਿਸਰੀ ਕਲਮਾ ਜਾਨ ਮਹਾਰਾਜ ਤੁਹਾਡੀ ਮਿਸਰੀ ਤੁਹਾਡੀ ਤਲਵਾਰ ਹੀ ਮੇਰੇ ਲਈ ਕਲਮਾ ਦੂਸਰਾ ਅਰਥ ਇਹ ਹੈ ਤੁਹਾਡੀ ਤਲਵਾਰ ਮੈਨੂੰ ਮਿਸਰੀ ਤਾਂ ਮਿੱਠੀ ਹੈ ਮੇਰਾ ਭਲਾ ਕਰਨ ਵਾਲੀ ਹੈ ਹਾਂਜੀ ਚੌਪਈ ਸੁਨਤ ਸੁਨੇਹ ਹਿਰਦੈ ਹੈ ਆਇਓ ਜਦੋਂ ਪੈਂਦੇ ਦਾ ਅਖੀਰਲਾ ਬੋਲ ਸੁਣਿਆ ਉਹ ਪੁੱਤਰਾਂ ਤੇ ਪਿਓਾਂ ਵਾਲਾ ਪਿਆਰ ਫੇਰ ਜਾਗ ਪਿਆ ਫੇਰ ਸੱਚੇ ਪਾਤਸ਼ਾਹ ਦੇ ਮਨ ਚ ਮੋਹ ਜਾਗ ਪਿਆ ਬਤ ਪਾਰਿਓ ਪੁਰਬ ਅਪਣਾਇਓ ਆਹਾ ਹਾ ਨਿੱਕਾ ਜਿਹਾ ਪਾਲਿਆ ਸੀ ਅਣਦਾੜੀਆ ਪਾਲ ਪਾਲ ਕੇ ਏਡਾ ਜਵਾਨ ਕੀਤਾ ਸੀ ਅੱਜ ਆਪਣੇ ਹੱਥੀ ਝਟਕ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਉਸ ਪਿਆਰ ਵਿੱਚ ਆ ਗਏ ਨਿਜ ਕਰ ਗਰਾਸ ਪਾਏ ਮਖਮਾਹੀ ਹਾਏ ਹਾਏ ਆਪਣੇ ਹੱਥੀ ਮੂੰਹ ਚ ਬੁਰਕੀਆਂ ਪਾਈਆਂ ਸੀ ਇਹਦੇ ਦੋ ਦੋ ਮੱਝਾਂ ਦਾ ਦੁੱਧ ਖੋਆ ਮਾਰ ਕੇ ਇਹਨੂੰ ਖਵਾਉਂਦੇ ਸੀ ਸਤਿਗੁਰੂ ਉੱਤਮ ਵਸਤ ਦੇਤ ਨਿਤ ਜਾਹੀ ਇਹਨੂੰ ਚੰਗਾ ਘੋੜਾ ਚੰਗਾ ਸ਼ਸਤਰ ਚੰਗੀ ਵਸਤੂ ਦਿਆ ਕਰਦੇ ਸਨ ਪਹੰਤ ਪਹੰਤ ਪੋਸ਼ਿਸ਼ ਪਹਿਰਾਏ ਵਧੀਆ ਵਧੀਆ ਪੁਸ਼ਾਕੇ ਪਵਾਉਂਦੇ ਸਨ ਜਿਸ ਨੂੰ ਪਹੰਤ ਪਹੰਤ ਕੇ ਅਸਨ ਅਚਾਏ ਪਹੰਤ ਪਹੰਤ ਦੇ ਖਾਣੇ ਖਵਾਉਂਦੇ ਸਨ ਜਿਸ ਨੂੰ ਪੁਨਹਿ ਬਲੋਕ ਜਿਸ ਹੈ ਹਰ ਖਾਵੇ ਜਿਸ ਨੂੰ ਆਪਣੇ ਦਰਬਾਰ ਦਾ ਸ਼ਿੰਗਾਰ ਬਣਾਇਆ ਸੀ
ਜਿਹੜਾ ਛੇਵੇਂ ਪਾਤਸ਼ਾਹ ਦੀ ਫੌਜ 'ਚ ਖੜਾ ਹੋਇਆ ਸੋਭਾ ਪਾਉਂਦਾ ਸੀ, ਸਤਿਗੁਰੂ ਵੇਖ ਕੇ ਖੁਸ਼ ਹੁੰਦੇ ਸਨ। ਦਾਨ ਮਾਨ ਤੇ ਨਿਤ ਤ੍ਰਿਪਤਾਵੇਂ, ਜਿਹਨੂੰ ਬਹੁਤ ਦਾਨ ਮਾਨ ਦੇ ਕੇ ਰਜਾ ਕੇ ਰੱਖਿਆ ਸੀ, ਪੁੱਤਾਂ ਤੋਂ ਵੱਧ ਕੇ ਲਾਡ ਪਿਆਰ ਕੀਤਾ ਸੀ। ਇਸ ਕੀ ਦਸ਼ਾ ਦੇਖ ਦੁਖਵਾਰੀ, ਅੱਜ ਉਹਦੀ ਦਸ਼ਾ, ਉਹਦੀ ਲਾਸ਼ ਦੇ ਦੋ ਟੁਕੜੇ ਵੇਖੇ ਜਦੋਂ, ਕਮਲ ਬਲੋਚਨ ਤੇ ਤਜਵਾਰੀ, ਮੇਰੇ ਪਾਤਸ਼ਾਹ ਦੀਆਂ ਕਮਲ ਵਰਗੀਆਂ ਅੱਖਾਂ 'ਚ ਵੈਰਾਗ ਦਾ ਜਲ ਆ ਗਿਆ। ਬਦਨ ਸੁਵੇਦ ਜਿਸ ਕੇ ਬਹੁ ਹੋਵਾ, ਪੈਂਦੇ ਖਾਂ ਦੇ ਸਰੀਰ 'ਚੋਂ ਪਸੀਨਾ ਨਿਕਲ ਰਿਹਾ ਸੀ ਬਹੁਤ, ਤਰਫਤ ਪਰਿਓ ਕਾਮ ਮਹਿਜੋਵਾ, ਉੱਤੋਂ ਪੈ ਰਿਹਾ ਸੀ ਬੜਾ ਕਹਿਰ ਦਾ ਸੂਰਜ, ਅਖੀਰਲੇ ਸਵਾਸ ਸਨ ਪੈਂਦੇ ਦੇ ਤੇ ਗਰਮੀ ਦੇ ਵਿੱਚ ਤੜਫ ਤੜਫ ਕੇ ਜਾਨ ਨਿਕਲ ਰਹੀ ਸੀ। ਸਿਪਰ ਸਾਥ ਕੀ ਨਸ ਤਬ ਛਾਇਆ, ਤੇ ਪਾਤਸ਼ਾਹ ਉਹਦੇ ਸਿਰ ਵਾਲੇ ਪਾਸੇ ਜਾ ਕੇ ਆਪਣੀ ਢਾਲ ਦੀ ਛਾਂ ਕਰ ਦਿੱਤੀ। ਹੋਤ ਬਦਨ ਪਰ ਕਾਮ ਮਿਟਾਇਆ, ਜਿਹੜੀ ਸੂਰਜ ਦੀ ਧੁੱਪ ਪੈ ਰਹੀ ਸੀ ਉਹਦੇ ਤੋਂ ਬਚਾਉਣ ਲਈ ਸਤਿਗੁਰੂ ਉਹਦੇ ਸਿਰ ਵਾਲੇ ਪਾਸੇ ਵੀਰ ਆਸਣ ਹੋ ਕੇ ਬੈਠ ਗਏ, ਇੱਕ ਗੋਡਾ ਜ਼ਮੀਨ ਤੇ ਲਾ ਕੇ ਤੇ ਉੱਤੇ ਛਾਂ ਕਰਕੇ ਪੈਂਦੇ ਦੇ ਸਿਰ ਦੇ ਉੱਤੇ। ਦੇਖਤ ਖਰੇ ਅਸ਼ਰ ਡਿਗ ਡਰੈ, ਕੋਲ ਖੜੇ ਨੇ ਪਾਤਸ਼ਾਹ ਵੇਖ ਰਹੇ ਨੇ ਤੇ ਅੱਖਾਂ ਵਿੱਚੋਂ ਜਲ ਚੱਲ ਰਿਹਾ, ਅਥਰੂ ਡਿੱਗ ਰਹੇ ਨੇ। ਪੈਂਦ ਖਾਨ ਕੇ ਮੁਖ ਪਰ ਪਰੈ, ਉਹ ਮਹਾਰਾਜ ਦੀਆਂ ਅੱਖਾਂ ਦੇ ਹੰਝੂ ਪੈਂਦੇ ਦੇ ਮੂੰਹ ਤੇ ਪੈ ਰਹੇ ਨੇ। ਜਿਮ ਕਾਸ਼ਟ ਕੋ ਪਾਰ ਵਧਾਵੈ, ਆਹਾ, ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਨੇ, ਕਹਿੰਦੇ ਜਿਵੇਂ ਕਾਸ਼ਟ ਲੱਕੜੀ ਨੂੰ ਆਪਣੇ ਜਾਨ ਤੇ ਜਲ ਨਾ ਡੁਬਾਵੇ, ਪਾਣੀ ਪਾਲਦਾ ਹੈ, ਪਾਣੀ ਲੱਕੜ ਨੂੰ, ਦਰਖਤ ਜਿੰਨੇ ਨੇ ਪਾਣੀ ਨਾਲ ਹੀ ਪੈਦਾ ਹੁੰਦੇ ਨੇ, ਪਾਣੀ ਨਾ ਹੋਵੇ ਤਾਂ ਦਰਖਤ ਨਹੀਂ ਹੁੰਦੇ, ਤੇ ਪਰ ਇਸੇ ਕਰਕੇ ਲੱਕੜ ਨੂੰ ਫਿਰ ਡੋਬਦਾ ਨਹੀਂ, ਕਿਉਂ? ਉਹਦਾ ਪਾਲਿਆ ਹੁੰਦਾ, ਹਰ ਚੀਜ਼ ਪਾਣੀ 'ਚ ਡੁੱਬ ਜਾਂਦੀ ਹੈ, ਲੱਕੜ ਨਹੀਂ ਡੁੱਬਦੀ, ਕਿਉਂ? ਲੱਕੜ ਪਾਲੀ ਹੁੰਦੀ ਹੈ ਪਾਣੀ ਨੇ। ਹਾਂਜੀ, ਤੜਫਤ ਪਰਿਓ ਛਿਨਕ ਮੈਂ ਮਰਿਓ, ਤੜਫਦਾ ਹੋਇਆ ਕੁਝ ਮਿੰਟਾਂ 'ਚ ਮਰ ਗਿਆ ਪੈਂਦੇ ਖਾਨ। ਸਤਿਗੁਰ ਨੇ ਹੋ ਅਧਿਕ ਉਰ ਕਰਿਓ, ਮਹਾਰਾਜ ਨੇ ਜਾਂਦੇ ਹੋਏ ਤੇ ਕਿਰਪਾ ਕਰਤੀ। ਤਿਆਗ ਹੈ ਸ਼ਸਤਰ ਮਨੋਰਥ ਤਹਾਰਾ, ਮਨ 'ਚ ਸੋਚਦੇ ਨੇ ਸ਼ਸਤਰ ਨੀ ਰੱਖਣੇ, ਕਿਉਂ? ਆਪਣਾ ਪਾਲਿਆ ਪੁੱਤਰਾਂ ਵਰਗਾ ਜਵਾਨ ਮਾਰ ਦਿੱਤਾ ਅੱਜ ਅਸੀਂ, ਫਤਿਹ ਹਮ ਹੋ ਨਰ ਤੁਰਕ ਹਜ਼ਾਰਾਂ, ਹਜ਼ਾਰਾਂ ਤੁਰਕ ਮਾਰ ਦਿੱਤੇ ਅਸੀਂ, ਪ੍ਰਤ ਪਾਰਿਓ ਨਿਜ ਕਰ ਤੇ ਕਹਾਇਓ, ਆ ਪਾਲਿਆ ਹੋਇਆ ਸੀ ਆਪਣੇ ਹੱਥੀ ਮਾਰਦਾ, ਇਤਿਆਦਿਕ ਸਭ ਦੋਸ਼ ਉਪਾਇਓ। ਇਸ ਤਰ੍ਹਾਂ ਦੀਆਂ ਗੱਲਾਂ ਸੋਚਦੇ ਸਤਿਗੁਰੂ ਸਾਧ ਸੰਗਤ ਜੀ, ਪਰ ਹੁਣ ਜੰਗ ਹੈ, ਹੁਣ ਸ਼ਸਤਰ ਛੱਡਿਆ ਵੀ ਗੱਲ ਨਹੀਂ ਬਣਦੀ, ਤੇ ਸਾਧ ਸੰਗਤ ਜੀ ਰਹਿੰਦੇ ਹੋਏ ਵੀ ਨਿਬੇੜਨੇ ਸਨ, ਜੰਗ ਜਾਰੀ ਹੈ, ਕਿਸ ਤਰ੍ਹਾਂ ਇਹਦਾ ਜਵਾਈ ਉਸਮਾਨ ਖਾਨ ਬਾਬਾ ਜੀ ਬਾਬਾ ਗੁਰਦਿੱਤਾ ਜੀ ਹੱਥੋਂ ਮਰੇਗਾ, ਉਹ ਕੱਲ ਨੂੰ ਆਪਾਂ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ।